परदेसी टीवी नाल जुड़े हुए सारे दर्शकों का सतनाम सिंह वालों निघी अते प्यार भरी सत श्री अकाल अते जी आया जी। बुधवार वाला दिन तो जून महीने की 7 तरीक सन 2017 शाम के टोरंटो का टाइम इस टाइम ठीक 5:04 हो सारे का परदेसी टीवी की महफल में जी आया निघा स्वागत है। सोमवार तो प्रोग्रामा की लड़ी शुरू हो जाती है 5 बजे भाई मंगप्रीत सिंह जी और 5 to 6, 6 to 7 डॉक्टर जैसलीन। मंगलवार वाले दिन संतोख सिंह जी लैके आते हैं प्रोग्राम, फिर उस तो बाद मेजर सिंह नागरा होनी। अभिजीत ने भी प्रोग्राम बिच अद्धे घंटे का शुरू किया है जी, वह भी तुसी जरूर लाइक कर दो। पिछले जे अद्धे घंटे 7 to 7:30 बजे प्रोग्राम दिता सीगा, रिकॉर्डेड प्रोग्राम सीगा कि सारे ने बहुत वधिया सराहया और उहदा प्यार दिता, ब्लैसिंग दिती, धन्यवाद तुहाडा बहुत बहुत। ਆਪਾਂ ਕਾਲ ਵੀ ਲੈ ਲਈ ਹੈ ਜੀ ਸਾਡੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪਰਦੇਸੀ ਟੀਵੀ ਤੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਜੀ, ਧੰਨਵਾਦ ਜੀ ਤੁਹਾਡਾ ਕਾਲ ਕਰਨ ਲਈ। ਹੁਣੇ ਦੱਸਦੇ ਪਏ ਸੀ ਟੀਵੀ ਤੇ ਡਾਕਟਰ ਹਰੀਸ਼ ਵਰਮਾ ਆਏ ਤਾਂ ਉਹਨਾਂ ਦਾ ਨੰਬਰ ਨਹੀਂ ਜਾਂਦਾ ਪਿਆ ਜੀ। ਓਕੇ, ਤੁਸੀਂ ਨਾ ਡਾਕਟਰ ਹਰੀਸ਼ ਵਰਮਾ ਹੁਣਾਂ ਨੇ ਨਾ ਹੁਣ ਤੋਂ ਠੀਕ ਘੰਟੇ ਬਾਅਦ ਫਿਰ ਸਟੂਡੀਓ ਦੇ ਵਿੱਚ ਆਉਣਾ ਵਾ, ਅੱਜ ਲਾਈਵ ਸ਼ੋਅ ਕਰਨਾ ਵਾ। ਹੁਣ ਅਸੀਂ ਜਿਹੜਾ ਗੁਰਬਾਣੀ ਵਿਚਾਰ ਪ੍ਰੋਗਰਾਮ ਕਰਦੇ ਹੁੰਦੇ ਆ ਹਰ ਬੁੱਧਵਾਰ ਨੂੰ, ਤੇ ਭਾਈ ਸਾਹਿਬ ਮੇਰੇ ਨਾਲ ਬੈਠੇ ਨੇ ਤੇ ਤੁਸੀਂ ਉਹਨਾਂ ਚਿਰ ਪ੍ਰੋਗਰਾਮ ਇਹਨੂੰ ਸੁਣੋ ਧਿਆਨ ਨਾਲ, ਤੇ ਘੰਟੇ ਬਾਅਦ ਡਾਕਟਰ ਹਰੀਸ਼ ਵਰਮਾ ਸਟੂਡੀਓ ਵਿੱਚ ਹੀ ਆ ਜਾਣਾ ਉਹਨਾਂ ਨੇ, ਤੇ ਤੁਸੀਂ ਦੁਬਾਰਾ ਕਾਲ ਕਰ। ਤੁਸੀਂ ਕਿਹੜੇ ਪ੍ਰੋਗਰਾਮ ਤੇ ਲਾਇਆ ਜੀ? ਨਹੀਂ ਜੀ, ਇਹ ਪਰਦੇਸੀ ਟੀਵੀ ਹੈ ਜੀ ਇਹ। ਸਾਨੂੰ ਪ੍ਰੋਗਰਾਮ ਕਰ ਲੈਣ ਦੋ, ਤੇ ਫਿਰ ਪ੍ਰੋਗਰਾਮ ਤੋਂ ਬਾਅਦ ਤੁਹਾਨੂੰ ਮੈਂ ਕਾਲ ਕਰਕੇ ਦੱਸ ਦਿੰਦਾ ਜੀ। ਪਰਦੇਸੀ ਟੀਵੀ ਜਾਂ ਪੀ ਟੀਵੀ ਪਰਦੇਸੀ ਲਿਖਿਆ ਹੋਊਗਾ, ਉਹ ਤੁਸੀਂ ਦੇਖ ਸਕਦੇ ਹੋ। ਤੁਸੀਂ 875 ਨੰਬਰ ਲਾ ਕੇ ਦੇਖ ਲਓ, ਸ਼ਾਇਦ ਚੱਲ ਪਵੇ। ਬਹੁਤ ਬਹੁਤ ਧੰਨਵਾਦ ਜੀ। ਬੁੱਧਵਾਰ ਵਾਲਾ ਦਿਨ ਹੈ ਜੀ, ਅਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਤੁਹਾਡੀ ਸੇਵਾ ਵਿੱਚ। ਨਾਲ ਹਨ ਜੀ ਮੇਰੇ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਰਸ਼ਪਾਲ ਸਿੰਘ ਹੋਣੀ ਹਰ ਬੁੱਧਵਾਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੁੰਦੇ ਹਨ। ਉਸੇ ਤਰ੍ਹਾਂ ਹੀ ਸਾਡੀ ਲੜੀਵਾਰ ਪ੍ਰੋਗਰਾਮ ਚੱਲ ਰਹੇ ਹਨ। ਪਿਛਲੀ ਵਾਰ ਅਸੀਂ ਇਤਿਹਾਸ ਦੀ ਗੱਲ ਕੀਤੀ ਸੀਗੀ ਭਾਰਤ ਦੇਸ਼ ਦੀ, 1947 ਤੱਕ ਜੋ ਸਿੱਖਾਂ ਨੇ ਕੀ ਕੁਛ ਹੋਇਆ ਚੰਗਾ ਮਾੜਾ, ਜਾਂ ਸਿੱਖਾਂ ਦਾ ਜਾਂ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ 1947 ਤੱਕ ਅਸੀਂ ਕਵਰ ਕਰ ਚੁੱਕੇ ਸੀਗੇ। ਅੱਜ ਪ੍ਰੋਗਰਾਮ ਵਿੱਚ ਅਸੀਂ 1947 ਤੋਂ ਅੱਗੇ ਅਸੀਂ ਇਸ ਪ੍ਰੋਗਰਾਮ ਨੂੰ ਲੈ ਕੇ ਜਾਂਦੇ ਹਾਂ, ਅਤੇ ਪ੍ਰੋਗਰਾਮ ਵਿੱਚ ਦੇਖਦੇ ਹਾਂ ਵੀ ਸਿੱਖ ਕੌਮ ਨਾਲ ਜੋ ਵਧੀਕੀਆਂ ਜਾਂ ਜੋ ਇਨਾਮ ਮਿਲੇ ਆ ਉਹਨਾਂ ਸਾਰਿਆਂ ਦੀ ਗੱਲ ਆਪਾਂ ਇਤਿਹਾਸ ਦੇ ਪੱਖੋਂ ਗੱਲ ਕਰਨੀ ਹੈ, ਅਤੇ ਜੇ ਕੋਈ ਗੱਲ ਦੀ ਕੋਈ ਕਮੀ ਰਹਿ ਗਈ ਹੋਵੇ ਜਾਂ ਸਾਨੂੰ ਤੁਸੀਂ ਠੀਕ ਵੀ ਕਰ ਸਕਦੇ ਹੋ 647-933-1313 ਨੰਬਰ 'ਤੇ ਕਾਲ ਕਰਕੇ। ਭਾਈ ਸਾਹਿਬ ਜੀ, 1947 ਤੱਕ ਆਪਾਂ ਦੇਖ ਲਿਆ ਵੀ ਵੰਡ ਤੱਕ, ਬਿਲਕੁਲ ਜੀ, ਬਈ ਸਿੱਖਾਂ ਦਾ ਜਿਵੇਂ ਪੰਜਾਬ ਦੇ ਦੋ ਹਿੱਸੇ ਹੋ ਗਏ, ਇੱਕ ਲਹਿੰਦਾ ਪੰਜਾਬ ਹੋ ਗਿਆ, ਇੱਕ ਚੜ੍ਹਦੇ ਪੰਜਾਬ ਹੋ ਗਿਆ, ਬਿਲਕੁਲ। ਸੋ ਉਸ ਚੜ੍ਹਦੇ ਪੰਜਾਬ ਤੋਂ ਬਾਅਦ ਜਦੋਂ ਅਸੀਂ 1947 ਬਾਅਦ ਸਾਡੀ ਕੀ ਪ੍ਰਸਥਿਤੀਆਂ ਬਣ ਗਈਆਂ ਜੀ? ਦੇਖੋ, ਆਪਾਂ ਪਿਛਲੇ ਵੀਕ ਇਹ ਗੱਲ ਕੀਤੀ ਸੀਗੀ ਵੀ ਇੱਥੋਂ ਤੱਕ ਆਪਣਾ ਇਤਿਹਾਸ ਪਹੁੰਚ ਚੁੱਕਿਆ ਸੀ। 1947 ਦੇ ਅੰਦਰ ਭਾਰਤ ਦੇਸ਼ ਦੀ ਵੰਡ ਹੋਈ, ਅਤੇ ਉਸ ਵੰਡ ਦੇ ਅੰਦਰ ਸਭ ਤੋਂ ਵੱਡਾ ਨੁਕਸਾਨ ਜਿਹੜਾ ਸੀ ਉਸੇ ਕੌਮ ਨੂੰ ਝੱਲਣਾ ਪਿਆ। 25 ਲੱਖ ਦੇ ਕਰੀਬ ਸਾਡੇ ਸਿੱਖ ਜਿਹੜੇ ਸਨ ਉਹ ਬੇਘਰ ਹੋ ਗਏ, ਜ਼ਮੀਨਾਂ ਜਾਇਦਾਦਾਂ ਸਾਡੇ ਤੋਂ ਖੁੱਸ ਗਈਆਂ। ਪਰ ਫਿਰ ਵੀ ਅਸੀਂ ਇਸ ਗੱਲ ਦਾ ਇਤਰਾਜ਼ ਨਹੀਂ ਕੀਤਾ, ਮਾਲਕ ਦਾ ਭਾਣਾ ਮੰਨ ਕੇ ਉਸ ਦੇ ਭਾਣੇ ਦੇ ਅੰਦਰ ਸਭ ਕੁਝ ਉਸ ਦੀ ਰਜ਼ਾ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਭਾਰਤ ਦੇਸ਼ ਵਿੱਚ ਆਏ। ਪਰ ਉਸ ਤੋਂ ਬਾਅਦ ਜੋ ਕੁਝ ਵਾਪਰਿਆ ਉਹ ਬੜਾ ਦੁਖਦਾਈ ਸੀ। 15 ਅਗਸਤ 1947 ਤੋਂ ਪਹਿਲਾਂ ਸਾਡੇ ਬਾਬਤ ਇਉਂ ਕਿਹਾ ਜਾਂਦਾ ਸੀ
नस तुम रकाब उठाओ जिधर कदम तुमको मिलेगा फतेह का तमगा अकालियो स्वराज का जो राज होगा अपने देश में होगा तुम्हारे हाथ में झंडा अकालियो परवाने हो तुम शहर खरूख्स मुस्लिम व हनूद सिखलाओ इनको क्षमा पर जलना अकालियो भारत के हम है कपूत और आप हो सपूत घर घर में हो रहा है यही चर्चा अकालियो ईसाई मुनकर और आप हो पैरवे मसीह दर्दे हिंद के तुम हो मसीहा अकालियो ये आप पिछले हफ्ते इस गल नू अगे तुरिया इतों ही अगे तुरांगे जो कुछ वापरिया जे दो महीने नहीं सन निकले तो पंजाब दे तमाम डिप्टी कमिश्नर दे उत्ते एक सर्कुलर जारी किया गया जिस मुताबक सिख कौम नू जराइम पेशा कौम किया गया उहदा भाव सी भी इन उत्ते विश्वास ना करो ये लोग जिहड़े ने ये धियां बच्चियां दी पत्त लुट्टण वाले ने ये लुटेरे चोर लोग ने इन्हां उत्ते कड़ी निगरानी रखी जाए जदों हुण साढ़े पंथ दे आगुआं नूं इस गल दा पता लगा पर उदों काफ़ी देर हो चुकी सी जिन्हां ने पहला गल मन्नी नहीं उस तों बाद तरले असी बहुत लए पर साढ़े हिस्से कुछ नहीं आया भावें उह पहले प्रधानमंत्री नूं भी जा के मिले उन्हां ने भी सानूं ये कह के टाल दिता बच्चों जैसी बातें मत करो हुण तब वक्त और था और अब वक्त बदल गया है उस वक्त ये कुछ साढ़े नाल वापरिया उस तो अगे ही अगे भी उस तो बाद भी ये सब कुछ थमिया नहीं बल्कि लगातार जारी रहा 1953 दे अंदर भारत देश दे अंदर बोलियां दे भाषा दे आधार दे उत्ते सूबियां दी वंड रखी गई वख वख भाषा बोलण वालियां नूं उन्हां नूं अपने अनुसार वख वख सूबे मिल गए जिवें जिहड़े लोग मलयालम बोलण वाले सन उन्हां नूं केरल मिल गया कन्नड़ बोलण वालियां नूं करनाटक मिल गया मराठी बोलण वालियां नूं महाराष्ट्र मिल गया बंगाली बोलण वालियां नूं पश्चिम बंगाल मिल गया गुजराती बोलण वालियां नूं गुजरात मिल गया पर जदों गल पंजाबी सूबे की आई जिहड़ी साडी जायज़ मंग सी जदों असीं पंजाबी सूबे की मंग कीती ते इस मंग नूं ठुकरा दिता गया इस दे उत्ते विचार करन तों वी पिछे हट गई सरकार इतों तक फिर इस पंजाबी मोर्चे नूं कई मोर्चे लगे पंजाबी सूबे नूं लैण वास्ते लगातार ये मोर्चे जारी रहे पर सरकार इस गल नूं तैयार नहीं सी भी असी किसे तरीके दे नाल पंजाबी सूबा बनावांगे पंजाबी सूबा लैण वास्ते फिर लगातार सिखां ने जेलां भरनियां आरंभ कीतियां इतों तक कि हड़तालां हुईयां सिखां दीयां शहादतां हुईयां आपां उह सब कुछ इतिहास दे अंदर देखिया जो साडे नाल वापरिया इस तों पहलां जिन्ने नगर कीर्तन कढे जांदे सन सरकार दी इजाजत नहीं सी लैणी पैंदी पर जदों हुण नगर कीर्तन आजादी तों बाद इस तों बाद निकलना सी हुण नगर कीर्तन दे उत्ते भी पाबंदी लग गई उहनां ने कहा भी जे तुसीं नगर कीर्तन कढणा है पहलां सरकार दी इजाजत लैणी पैगी सरकार ने इजाजत ना दिती आखिर सिखां ने उस वक्त कहा भी नगर कीर्तन ते असीं कढ के रवांगे भावें इस वास्ते भानूं सानूं किन्नियां शहादतां देणियां पैण खैर सरकार थोड़ी देर वास्ते झुकी नगर कीर्तन दी इजाजत उन्हां ने दे दिती पर नाल एक गल ए जारी कर दिती अगर नगर कीर्तन शांतमई ढंग दे नाल तुसीं कढ दिओ ते ठीक है नहीं तां 144 दे दफा उस दे तहत जिहड़े लोग इस नगर कीर्तन दे अंदर हुल्लड़बाजी करनगे उहनां नूं फड़ के जेल दे अंदर कर दिता जाएगा शांतमई तरीके दे नाल नगर कीर्तन आरंभ होया बिल्कुल समाप्ती ते सी उस वक्त डॉक्टर कालीचरण जो लुधियाणे तों अपने कुछ गुंडे लै के आया उसने नगर कीर्तन दे उत्ते पत्थरबारी लगातार जारी रखी ते इत्थों तक नारे मारने आरंभ कर दिते पंजाबी सूबा मुरदाबाद पंजाबी सूबा मुरदाबाद इत्थों तक उन्होंने ये भी गल कही ऊड़ा ईड़ी नहीं पड़ेंगे जूड़ा जूड़ी कट धरेंगे इत्थों तक साढ़े खिलाफ ये जिहड़े सन ये नारेबाजी जारी रही पर जदों आखर सिंघां ने इस दे खिलाफ नौजवानों ने पंजाबी सूबा जिंदाबाद दे नारे लाए उन्हां दे उत्ते तशद्दत कीता गया ते 44 जणियां नूं उन्हां नूं गिरफ्तार कर दिता गया इस तों बाद आपां होर देखदे हां फिर ये मौका इत्थे रुकिया नहीं 1955 दा दिन आया 4 जुलाई 1955 दे अंदर अश्विनी कुमार ने DIG ने यह गल कही अगर तुसीं मैनूं पूरी खुल दे दिओ ते मैं इन्हां दे मोर्चे लवाने बंद कर देंगा भारत सरकार ने उस वक्त यह गल कही तुसी जेड़ा मर्जी कदम उठाओ
ਜੋ ਮਰਜ਼ੀ ਹਰ ਇੱਕ ਜਾਇਜ਼ ਤੇ ਨਜਾਇਜ਼ ਤਰੀਕਾ ਦੰਡ ਭੇਦ ਸ਼ਾਮ ਦੀ ਜੋ ਨੀਤੀ ਤੁਹਾਡੇ ਕੋਲ ਵਰਤੀ ਜਾਂਦੀ ਹੈ ਉਸ ਨੀਤੀ ਨੂੰ ਤੁਸੀਂ ਵਰਤੋ ਪਰ ਕਿਸੇ ਤਰੀਕੇ ਦੇ ਨਾਲ ਵੀ ਪੰਜਾਬੀ ਸੂਬੇ ਦੀ ਮੰਗ ਕਰਨ ਵਾਲੇ ਮੋਰਚਾ ਲਾਉਣ ਵਾਲੇ ਸਿੱਖਾਂ ਨੂੰ ਖਾਮੋਸ਼ ਕਰਨਾ ਕਰੋ ਇਹੀ ਕੁਝ ਉਹਨਾਂ ਨੇ ਆਪਣੇ ਅਨੁਸਾਰ ਕੀਤਾ ਅਤੇ ਇੱਥੋਂ ਤੱਕ ਕਿ ਫਿਰ ਬਹਾਨਾ ਬਣਾਇਆ ਗਿਆ ਅਥਰੂ ਗੈਸ ਦੇ ਗੋਲੇ ਛੱਡੇ ਗਏ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਆਪਣੀ ਪੁਲਿਸ ਲੈ ਕੇ ਇਹ ਪਹੁੰਚ ਗਿਆ ਅਤੇ ਬਹਾਨਾ ਇਹ ਘੜਿਆ ਗਿਆ ਵੀ ਅੰਦਰੋਂ ਸਿੱਖਾਂ ਨੇ ਪੱਥਰਬਾਜ਼ੀ ਕੀਤੀ ਹੈ ਸਾਡੇ ਉੱਤੇ ਪੁਲਿਸ ਵਾਲਿਆਂ ਉੱਤੇ ਇਸ ਕਰਕੇ ਮਜ਼ਬੂਰਨ ਸਾਨੂੰ ਗੋਲੀ ਚਲਾਉਣੀ ਪਈ ਜਦੋਂ ਕਿ ਸਿੱਖਾਂ ਨੇ ਇਹੋ ਜਿਹਾ ਕੋਈ ਕਦਮ ਨਹੀਂ ਉਠਾਇਆ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਜੋੜੇ ਲੈ ਕੇ ਇਹ ਲੋਕ ਪਹੁੰਚ ਗਏ ਮੰਜੀ ਸਾਹਿਬ ਦੇ ਉੱਤੇ ਜੋੜੇ ਲੈ ਕੇ ਗਏ ਇੱਥੋਂ ਤੱਕ ਕਿ ਜਿਹੜੇ ਸਿੱਖ ਸੰਗਤਾਂ ਸਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰੰਥੀ ਸਾਹਿਬਾਨ ਸੇਵਾਦਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਸਭ ਕੁਝ ਜਿਸ ਵਕਤ ਵਾਪਰਿਆ ਤਕਰੀਬਨ 8 ਤੋਂ ਲੈ ਕੇ 10 ਜਿਹੜੇ ਇਲਜ਼ਾਮ ਸਨ ਉਹ ਜਿਹੜਾ ਸੀ ਸ਼੍ਰੋਮਣੀ ਅਕਾਲੀ ਦਲ ਨੇ ਉਸ ਵਕਤ ਉਹਨਾਂ ਉੱਤੇ ਲਾਏ ਸਨ ਖੈਰ ਸਮਾਂ ਕੁਝ ਅੱਗੇ ਤਬਦੀਲ ਹੋਇਆ ਅਤੇ ਉਸ ਤੋਂ ਬਾਅਦ 1955 ਦੇ ਅੰਦਰ ਨਵੰਬਰ 1955 10 ਨਵੰਬਰ 1955 ਦੇ ਅੰਦਰ ਭੀਮ ਸੈਨ ਸੱਚਰ ਨੇ ਇਹ ਸਾਰੇ ਜੋ ਕੁਝ ਵਾਪਰਿਆ ਇਸ ਦੀ ਮਾਫ਼ੀ ਮੰਗੀ ਮਾਫ਼ੀ ਮੰਗਦਿਆਂ ਹੋਇਆਂ ਨਾਲ ਉਹਨੇ ਇਹ ਗੱਲ ਕਹੀ ਕੁਝ ਕੁ ਐਸੇ ਲੋਕ ਫਿਰਕਾ ਪ੍ਰਸਤੀ ਲੋਕਾਂ ਦੀ ਵਜ੍ਹਾ ਕਰਕੇ ਇਹ ਪੰਜਾਬ ਦੀ ਜਿਹੜੀ ਸ਼ਾਂਤੀ ਹੈ ਉਹ ਭੰਗ ਹੋਈ ਹੈ ਪਰ ਅਸੀਂ ਇਸ ਗੱਲ ਦੀ ਮਾਫ਼ੀ ਮੰਗਦੇ ਹਾਂ ਸਿੱਖਾਂ ਦੇ ਕੋਲੋਂ ਜਦੋਂ ਉਹਨਾਂ ਨੇ ਮਾਫ਼ੀ ਕੀ ਮੰਗੀ ਬਸ ਮਾਫ਼ੀ ਮੰਗਣ ਦੀ ਦੇਰ ਸੀ ਉਹਨਾਂ ਦੇ ਕੋਲ ਉਹਨਾਂ ਦੀ ਮਿਨਿਸਟਰੀ ਖੋਹ ਲਈ ਗਈ ਇਸ ਤੋਂ ਬਾਅਦ ਜੋ ਕੁਝ ਵਾਪਰਿਆ ਉਹ ਹੋਰ ਬੜਾ ਦੁਖਦਾਈ ਸੀ ਭਾਰਤ ਸਰਕਾਰ ਨੇ ਇਹ ਐਲਾਨ ਕਰ ਦਿੱਤਾ ਸੀ ਵੀ ਕਿਸੇ ਤਰੀਕੇ ਦੇ ਨਾਲ ਵੀ ਅਸੀਂ ਜਿਹੜਾ ਹੈ ਪੰਜਾਬੀ ਸੂਬਾ ਬਣਨ ਨਹੀਂ ਦੇਣਾ ਜਿਸ ਵਕਤ ਇਹ ਬੇਅਦਬੀ ਸ਼੍ਰੀ ਦਰਬਾਰ ਸਾਹਿਬ ਦੀ ਹੋਈ ਉਸ ਵਕਤ ਸਾਡੇ ਕੁਝ ਕੁ ਜਿਹੜੇ ਉੱਗੇ ਹੋਏ ਸੰਤ ਸਨ ਇਹ ਉਹ ਕਹਿ ਲਈਏ ਸੰਤ ਬਿਰਤੀ ਦੇ ਮਾਲਕ ਮਹਾਨ ਪੁਰਖ ਸਨ ਉਹ ਸਾਹਮਣੇ ਆਏ ਜਿਨ੍ਹਾਂ ਦੇ ਵਿੱਚੋਂ ਬਾਬਾ ਭਗਵਾਨ ਸਿੰਘ ਜੀ ਬਾਬਾ ਨੰਦ ਸਿੰਘ ਜੀ ਭਵਾਲਾ ਅਤੇ ਬਾਬਾ ਸੰਤ ਗੁਰਬਚਨ ਸਿੰਘ ਜੀ ਭਿੰਡਰਾ ਵਾਲੇ ਇਹ ਜਿਹੜੇ ਸਨ ਕੁਝ ਕੁ ਮਹਾਂਪੁਰਖ ਇਹ ਸਾਹਮਣੇ ਆਏ ਜਿਹੜੇ ਬਾਬਾ ਗੁਰਚਰਨ ਸਿੰਘ ਜੀ ਭਿੰਡਰਾ ਵਾਲੇ ਗੁਰਬਚਨ ਸਿੰਘ ਜੀ ਭਿੰਡਰਾ ਵਾਲੇ ਸਨ ਉਹਨਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਵੀ ਅਸੀਂ ਅੱਜ ਤੱਕ ਇਸ ਰਾਜਨੀਤੀ ਤੋਂ ਦੂਰ ਰਹੇ ਹਾਂ ਅਸੀਂ ਗੁਰੂ ਘਰ ਦੇ ਪ੍ਰਚਾਰਕ ਹਾਂ ਪਰ ਹੁਣ ਜਿਹੜਾ ਹੈ ਪਾਣੀ ਉਹ ਸਿਰ ਦੇ ਉੱਤੋਂ ਲੰਘ ਚੁੱਕਿਆ ਹੈ ਜੇ ਸਾਡੇ ਗੁਰੂ ਧਾਮਾਂ ਦੀ ਬੇਅਦਬੀ ਹੁੰਦੀ ਰਹੀ ਫਿਰ ਸਾਡਾ ਜੀਉਣ ਦਾ ਫਾਇਦਾ ਕੋਈ ਨਹੀਂ ਹੁਣ ਇਹ ਓਨੀ ਦੇਰ ਤੱਕ ਸੰਘਰਸ਼ ਜਾਰੀ ਰਹੇਗਾ ਜਿੰਨੀ ਦੇਰ ਤੱਕ ਪੰਜਾਬੀ ਸੂਬਾ ਮਿਲੇਗਾ ਨਹੀਂ ਜਿੰਨੇ ਤਮਾਮ ਇਹ ਮਹਾਂਪੁਰਖ ਆਏ ਸਨ ਉਹਨਾਂ ਨੇ ਸਾਰਿਆਂ ਨੇ 10-10 ਹਜ਼ਾਰ ਜਿਹੜੇ ਸਨ ਸਿੱਖ ਉਸ ਮੋਰਚੇ ਵਾਸਤੇ ਦੇਣੇ ਆਰੰਭ ਕੀਤੇ ਸਰਕਾਰ ਨੇ ਹੋਰ ਤਸ਼ੱਦਦ ਕਰਨਾ ਆਰੰਭ ਕਰ ਦਿੱਤਾ ਹੋਰ ਜ਼ੁਲਮ ਜਿਹੜੇ ਸਨ ਉਹ ਕਰਨੇ ਆਰੰਭ ਕਰ ਦਿੱਤੇ ਗਏ ਇੱਥੋਂ ਤੱਕ ਜ਼ੁਲਮ ਕੀਤੇ ਗਏ ਸਿੱਖਾਂ ਨੂੰ ਬਜਾ ਕੀਤੇ ਜਾਂਦੇ ਸਨ ਜਿਹੜਾ ਸਿੱਖ ਜਾਂਦਾ ਉਹਨੂੰ ਕਿਹਾ ਜਾਂਦਾ ਵੀ ਤੂੰ ਆਪਣੀ ਪਗੜੀ ਉਤਾਰ ਕੇ ਦਿਖਾ ਇੱਥੋਂ ਤੱਕ ਕਿ ਮਜ਼ਾਕ ਕੀਤੇ ਜਾਂਦੇ ਸਨ ਜਿਹੜੇ ਇੱਥੇ ਸੁਣਾਉਣ ਵਾਲੇ ਨਹੀਂ ਇੱਥੋਂ ਤੱਕ ਦੇ ਮਜ਼ਾਕ ਕੀਤੇ ਜਾਂਦੇ ਸਨ ਸਿੱਖਾਂ ਨੂੰ ਕਿਹਾ ਜਾਂਦਾ ਜੇਕਰ ਤੁਸੀਂ ਗਲਤ ਆਪਣਾ ਐਡਰੈਸ ਲਿਖਾਓਗੇ ਤਾਂ ਤੁਹਾਨੂੰ 3 ਸਾਲ ਦੀ ਸਜ਼ਾ ਦਿੱਤੀ ਜਾਏਗੀ ਤੁਸੀਂ ਆਪਣੇ ਮਾਤਾ ਪਿਤਾ ਪਿੰਡ ਦਾ ਨਾਮ ਆਦਿ ਲਿਖਾਣਾ ਕਰੋ ਫਿਰ ਸਿੱਖ ਵੀ ਪਿੱਛੋਂ ਕਿੱਥੇ ਹਟਣ ਵਾਲੇ ਸਨ ਜਦੋਂ ਇਸ ਮੋਰਚੇ ਦੇ ਅੰਦਰ ਕੋਈ ਮਹਾਨ ਸ਼ਖਸੀਅਤਾਂ ਆਪ ਖੁਦ ਆ ਜਾਂਦੀਆਂ ਨੇ ਉਦੋਂ ਫਿਰ ਮੋਰਚੇ ਥੰਮਿਆ ਨਹੀਂ ਕਰਦੇ ਉਦੋਂ ਫਿਰ ਇਹ ਲਹਿਰ ਅੱਗੇ ਤੁਰਦੀ ਹੈ ਫਿਰ ਇਹ ਲਹਿਰ ਬੜੇ ਜ਼ੋਰਾਂ ਦੇ ਉੱਤੇ ਚੱਲੀ ਅਤੇ ਸਿੱਖਾਂ ਨੇ ਉਸ ਵਕਤ ਇਹ ਗੱਲ ਕਹੀ ਸਾਡਾ ਗੁਰੂ ਹੈ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਡੇ ਮਾਤਾ ਨੇ ਮਾਤਾ ਸਾਹਿਬ ਕੌਰ ਅਸੀਂ ਆਨੰਦਪੁਰ ਦੇ ਵਾਸੀ ਹਾਂ ਜਦੋਂ ਇਹ ਗੱਲ ਤਮਾਮ ਸਿੱਖਾਂ ਨੇ ਕਹਿਣੀ ਹੋਰ ਉਹਨਾਂ ਨੇ ਜ਼ੁਲਮ ਕਰਨੇ ਸਰਕਾਰ ਨੇ ਆਰੰਭ ਕਰ ਦਿੱਤੇ ਬਹੁਤ ਉਸ ਤੋਂ ਬਾਅਦ ਫਿਰ ਜ਼ੁਲਮਾਂ ਦੀ ਹਨੇਰੀ ਝੁੱਲੀ ਭਾਰਤ ਸਰਕਾਰ ਨੇ ਇਹ ਗੱਲ ਕਹੀ ਜਿਹੜੇ ਉਸ ਵਕਤ ਪਹਿਲੇ ਪ੍ਰਧਾਨ ਮੰਤਰੀ ਸਨ ਉਹਨਾਂ ਨੇ ਵੀ ਇਹ ਗੱਲ ਕਹੀ ਵੀ ਸਿੱਖ ਕਿਸੇ ਤਰੀਕੇ ਦੇ ਨਾਲ ਮੋਰਚੇ ਲਾਉਣ ਤੋਂ ਹਟ ਜਾਣ ਜੋ ਕੁਝ ਵਰਤਿਆ ਜਾਂਦਾ ਹੈ ਉਹ ਹਥਿਆਰ ਜਾਇਜ਼ ਦਾ ਨਜਾਇਜ਼ ਤਰੀਕੇ ਨਾਲ ਵਰਤੇ ਜਾਣ ਖੈਰ 15 ਅਗਸਤ ਦਾ ਜਿਸ ਵਕਤ ਤਿਰੰਗਾ ਫੈਲਾਇਆ ਜਾਣਾ ਸੀ ਲਾਲ ਕਿਲ੍ਹੇ ਦੇ ਉੱਤੇ ਇੱਧਰੋਂ ਫਿਰ ਸਿੱਖ ਜਿਹੜੇ ਬੱਬਰ ਸਨ ਸਿੱਖ ਸੰਗਤਾਂ ਸਨ ਉਹਨਾਂ ਤਮਾਮ ਸੰਗਤਾਂ ਨੇ ਇਹ ਫੈਸਲਾ ਕੀਤਾ ਵੀ ਅਸੀਂ ਇਹ 15 ਅਗਸਤ ਵਾਲੇ ਦਿਨ ਲਾਲ ਕਿਲ੍ਹੇ ਦੇ ਕੋਲ ਜਦੋਂ ਇਹ ਭਾਸ਼ਣਬਾਜ਼ੀ ਆਰੰਭ ਹੋਏਗੀ ਉਦੋਂ ਅਸੀਂ ਕਾਲੇ ਗੁਬਾਰੇ ਛੱਡ ਕੇ ਇਸ ਦਾ ਵਿਰੋਧ ਕਰਾਂਗੇ ਅਤੇ ਕਾਲੇ ਗੁਬਾਰਿਆਂ ਦੇ ਉੱਤੇ ਲਿਖਿਆ ਹੋਏਗਾ ਪੰਜਾਬੀ ਸੂਬਾ ਜ਼ਿੰਦਾਬਾਦ
ਸਰਕਾਰ ਨੂੰ ਇਸ ਗੱਲ ਦੀ ਭਿਣਕ ਲੱਗ ਗਈ, ਪਤਾ ਲੱਗ ਗਿਆ ਵੀ ਸਿੱਖਾਂ ਨੇ ਆਹ ਕੁਝ ਪ੍ਰਬੰਧ ਕੀਤਾ ਹੈ ਸਰਕਾਰ ਦੇ ਖਿਲਾਫ। ਉਹਨਾਂ ਨੇ ਇਸ ਗੱਲ ਨੂੰ ਦੂਰ ਕਰਨ ਵਾਸਤੇ, ਆਖਰ ਸਿੱਖਾਂ ਨੂੰ ਨੀਵਾਂ ਦਿਖਾਉਣ ਵਾਸਤੇ, ਜਿੰਨੇ ਕਾਲੇ ਗੁਬਾਰੇ ਸਨ ਵੇਚਣ ਵਾਲਿਆਂ ਦੇ ਉੱਤੇ ਪਾਬੰਦੀ ਲਾ ਦਿੱਤੀ ਵੀ ਕਿਸੇ ਤਰੀਕੇ ਦੇ ਨਾਲ ਇਹ ਗੁਬਾਰੇ ਵਿਕਣ ਨਾ। ਆਪ ਸਾਰੇ ਗੁਬਾਰਿਆਂ ਨੂੰ ਆਪਣੀ ਨਿਗਰਾਨੀ ਹੇਠਾਂ ਲਿਆ। ਜਿੰਨੇ ਸਿਲੰਡਰ ਸਨ ਉਸ ਵਿੱਚ ਗੈਸ ਭਰਨ ਵਾਲੇ, ਉਹਨਾਂ ਤਮਾਮ ਸਿਲੰਡਰਾਂ ਨੂੰ ਵੀ ਆਪਣੇ ਅਧੀਨ ਲੈ ਲਿਆ ਵੀ ਕਿਸੇ ਤਰੀਕੇ ਦੇ ਨਾਲ ਵੀ ਜਿਹੜੇ ਸਿੱਖ ਨੇ ਇਸ 15 ਅਗਸਤ ਵਾਲੇ ਦਿਨ ਵਿਰੋਧ ਤਾਂ ਨਾ ਕਰ ਸਕਣ। ਪਰ ਜਿਸ ਵਕਤ ਸਿਰੋਂ ਪਾਣੀ ਨਿਕਲ ਜਾਏ ਨਾ, ਉਦੋਂ ਸਿੱਖ ਇਹ ਕੌਮ ਐਸੀ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਸਤਿਗੁਰੂ ਦਾਤੇ ਨੇ ਪਹਿਲੇ ਜਾਮੇ ਤੋਂ ਹੀ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਵਾਸਤੇ ਕਿਹਾ ਅਤੇ 10ਵੇਂ ਜਾਮੇ ਤੱਕ ਇਹ ਸੰਘਰਸ਼ ਜਾਰੀ ਰਿਹਾ। ਉਸ ਤੋਂ ਬਾਅਦ ਵੀ ਇਹ ਲਗਾਤਾਰ ਸੰਘਰਸ਼ ਜਾਰੀ ਰਿਹਾ। ਜਿਵੇਂ ਜਿਵੇਂ ਸਾਡੇ ਉੱਤੇ ਜ਼ੁਲਮ ਹੋਏ, ਉਹ ਕਿਸੇ ਵਿਦਵਾਨ ਨੇ ਤਾਂ ਹੀ ਉਹ ਬੋਲ ਲਿਖੇ ਸਨ, ਕਰਿੰਗਮ ਨੇ, ਉਹ ਕਹਿੰਦਾ ਹੈ ਪੰਜਾਬ ਦੀ ਧਰਤੀ ਉਹ ਧਰਤੀ ਹੈ, ਸਿੱਖ ਇਸ ਧਰਤੀ ਦੇ ਉੱਤੇ, ਪੰਜਾਬ ਦੀ ਧਰਤੀ ਇੱਕ ਮੈਦਾਨ ਦੀ ਤਰ੍ਹਾਂ ਹੈ ਅਤੇ ਸਿੱਖ ਇਸ ਧਰਤੀ ਦੇ ਵਿੱਚ ਇੱਕ ਗੇਂਦ ਦੀ ਤਰ੍ਹਾਂ ਨੇ। ਹਰ ਪਾਸਿਓਂ ਸਿੱਖਾਂ ਨੂੰ ਠੁੱਡੇ ਵੱਜਦੇ ਨੇ ਅਤੇ ਜਿਵੇਂ ਜਿਵੇਂ ਸਿੱਖਾਂ ਨੂੰ ਠੁੱਡੇ ਵੱਜਦੇ ਨੇ, ਜਿਵੇਂ ਗੇਂਦ ਅਸਮਾਨ ਵੱਲ ਨੂੰ ਉਛਲਦੀ ਹੈ, ਜਿਵੇਂ ਜਿਵੇਂ ਸਿੱਖਾਂ ਨੂੰ ਜ਼ੁਲਮ ਕੀਤੇ ਜਾਂਦੇ ਨੇ ਸਿੱਖਾਂ ਦੇ ਉੱਤੇ, ਉਵੇਂ ਉਵੇਂ ਸਿੱਖ ਹੋਰ ਉੱਭਰ ਕੇ ਸਾਹਮਣੇ ਆਉਂਦੇ ਨੇ। ਸਰਕਾਰ ਦੀ ਇਹ ਨੀਤੀ ਸੀ ਵੀ ਕਿਸੇ ਤਰੀਕੇ ਦੇ ਨਾਲ ਵੀ ਇਹ ਕਾਲੇ ਗੁਬਾਰੇ ਜਿਹੜੇ ਨੇ ਉਹ ਲੱਗਣੇ ਚੱਲਣੇ ਨਹੀਂ ਚਾਹੀਦੇ, ਅਸਮਾਨ ਵਿੱਚ ਉੱਡਣੇ ਨਹੀਂ ਚਾਹੀਦੇ। ਪਰ ਜਦੋਂ ਅਜੇ ਭਾਸ਼ਣ ਦੇਣਾ ਆਰੰਭ ਹੀ ਕੀਤਾ ਸੀ, ਕਾਲੇ ਗੁਬਾਰੇ ਅਸਮਾਨ ਦੇ ਅੰਦਰ ਛਾ ਗਏ, ਸਾਰੇ ਪਾਸੇ ਕਾਲੇ ਗੁਬਾਰੇ ਹੀ ਨਜ਼ਰ ਆਏ ਅਤੇ ਉਹਨਾਂ ਦੇ ਉੱਤੇ ਲਿਖਿਆ ਹੋਇਆ ਸੀ ਪੰਜਾਬੀ ਸੂਬਾ ਜ਼ਿੰਦਾਬਾਦ, ਪੰਜਾਬੀ ਸੂਬਾ ਜ਼ਿੰਦਾਬਾਦ। ਅਤੇ ਨਾਲ ਹੀ ਇਹ ਆਵਾਜ਼ਾਂ ਜਿਹੜੀਆਂ ਸੀ ਗੂੰਜ ਉੱਠੀਆਂ। ਜਿਸ ਵਕਤ ਪ੍ਰਧਾਨ ਮੰਤਰੀ ਨੇ ਇਹ ਆਵਾਜ਼ ਸੁਣੀ ਅਤੇ ਅਸਮਾਨ ਦੇ ਅੰਦਰ ਉਹ ਕਾਲੇ ਗੁਬਾਰੇ ਉੱਡਦਿਆਂ ਹੋਇਆ ਦੇਖੇ ਅਤੇ ਉਸ ਵਕਤ ਉਹਦੇ ਕੋਲ ਸਹਿਣ ਨਹੀਂ ਹੋਇਆ। ਆਖਰ ਉਹਨੇ ਜੋ ਕੁਝ ਮੂੰਹ ਦੇ ਅੰਦਰ ਆਇਆ ਉਹ ਸਭ ਕੁਝ ਸਿੱਖਾਂ ਦੇ ਖਿਲਾਫ਼ ਬੋਲਣਾ ਆਰੰਭ ਕਰ ਦਿੱਤਾ। ਸਿੱਖਾਂ ਨੂੰ ਗਾਲਾਂ ਤੱਕ ਉਹਨੇ ਦਿੱਤੀਆਂ, ਬਹੁਤ ਬੁਰਾ ਭਲਾ ਕਿਹਾ। ਪੂਰੀ ਦੁਨੀਆ ਉਸਦੇ ਇਸ ਭਾਸ਼ਣ ਨੂੰ ਸੁਣ ਰਹੀ ਸੀ। ਵੱਖ ਵੱਖ ਥਾਵਾਂ ਤੋਂ ਉਸ ਦੇ ਬਾਬਤ ਉਸ ਨੂੰ ਉਸਦੇ ਕੀਤੇ ਹੋਏ ਭਾਸ਼ਣ ਦੇ ਉੱਤੇ ਕਿੰਤੂ ਪਰੰਤੂ ਕੀਤਾ ਗਿਆ, ਉਸ ਦੇ ਭਾਸ਼ਣ ਦੀ ਨਿਖੇਧੀ ਕੀਤੀ ਗਈ। ਜਾਪਾਨ ਦੀ ਇੱਕ ਅਖਬਾਰ ਨੇ ਤੇ ਇੱਥੋਂ ਤੱਕ ਲਿਖ ਦਿੱਤਾ, ਲਿਖਿਆ ਸੀ ਬਕਾਇਦਾ ਤੌਰ 'ਤੇ ਪੁਲਿਸ ਦੀਆਂ ਤਸਵੀਰਾਂ ਬਣਾ ਕੇ ਜੋ ਉਸਨੇ ਲਾਠੀ ਚਾਰਜ ਕੀਤਾ ਸੀ ਸਿੱਖਾਂ ਦੇ ਉੱਤੇ, ਉਹ ਸਭ ਤਸਵੀਰਾਂ ਦੇ ਰਾਹੀਂ ਦੱਸ ਦਿੱਤਾ ਕਿ ਜਿਹੜੀ ਹੁਣ ਇਸ ਵਕਤ ਮੌਜੂਦਾ ਸਰਕਾਰ ਹੈ ਭਾਰਤ ਦੇ ਅੰਦਰ, ਇਸ ਸਰਕਾਰ ਨੇ ਉਹ ਦਿਨ ਫਿਰ ਚੇਤੇ ਕਰਾ ਦਿੱਤੇ ਨੇ ਜਿਸ ਵਕਤ ਅੰਗਰੇਜ਼ ਲੋਕ ਹਿੰਦੁਸਤਾਨ ਦੇ ਵਾਸੀਆਂ ਦੇ ਉੱਤੇ ਜ਼ੁਲਮ ਕਰਦੇ ਸਨ। ਬਿਲਕੁਲ ਉਹ ਜ਼ੁਲਮ ਦੀ ਤਸਵੀਰ ਅੱਜ ਇਸੇ ਸਰਕਾਰ ਦੁਆਰਾ ਸਿੱਖਾਂ ਦੇ ਉੱਤੇ ਉਹ ਜ਼ੁਲਮ ਕੀਤੇ ਗਏ, ਅੱਜ ਸਿੱਖਾਂ ਦੇ ਉੱਤੇ ਅਸੀਂ ਉਹ ਲਾਠੀਚਾਰਜ ਫਿਰ ਦੁਬਾਰਾ ਹੁੰਦਾ ਤੱਕਿਆ ਹੈ। ਖੈਰ ਹਰ ਇੱਕ ਯਤਨ ਸਰਕਾਰ ਨੇ ਕੀਤਾ ਬਈ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਰੋਕਿਆ ਜਾਏ, ਪਰ ਸਿੱਖ ਕਿਸੇ ਪੱਖ ਤੋਂ ਵੀ ਪਿੱਛੇ ਨਹੀਂ ਹਟੇ, ਬਲਕਿ ਪੰਜਾਬੀ ਸੂਬਾ ਬੜੇ ਜ਼ੋਰਾਂ ਦੇ ਉੱਤੇ ਸਿੱਖਾਂ ਨੇ ਇਸ ਆਵਾਜ਼ ਨੂੰ ਉਠਾਇਆ। ਫਿਰ ਇੱਥੋਂ ਤੱਕ ਸਮਾਂ ਵੀ ਆਇਆ, ਉਹ ਵੀ ਪੰਜਾਬ ਨੇ ਦੇਖਿਆ, ਬਠਿੰਡਾ ਦੇ ਅੰਦਰ ਜਿਹੜੇ ਜੇਲ੍ਹ ਦੇ ਅੰਦਰ ਕੈਦੀ ਬੰਦ ਕੀਤੇ ਹੋਏ ਸਨ, ਪੁਲਿਸ ਨੇ ਉਹਨਾਂ ਦੇ ਉੱਤੇ ਅੰਧਾਧੁੰਨ ਗੋਲੀ ਚਲਾਈ ਅਤੇ ਇਹ ਗੋਲੀ ਚਲਾਉਣ ਦੇ ਕਾਰਨ ਉਹ ਜਿਹੜੇ ਕੈਦੀ ਸਨ ਉਹ ਸਾਰੇ ਸ਼ਹੀਦ ਕਰਕੇ ਰੱਖ ਦਿੱਤੇ ਗਏ। ਪਟਿਆਲਾ ਦੇ ਅੰਦਰ ਇਸ ਦੇ ਵਿਰੋਧ ਦੇ ਅੰਦਰ ਆਖਰ ਪ੍ਰਦਰਸ਼ਨ ਹੋਇਆ ਵੀ ਆਖਰ ਨਿਹੱਥੇ ਬੇਕਸੂਰ ਸਿੱਖਾਂ ਨੂੰ, ਜਿਨ੍ਹਾਂ ਨੂੰ ਜੇਲ੍ਹਾਂ ਦੇ ਅੰਦਰ ਕੈਦੀ ਬਣਾ ਕੇ ਬੰਦ ਕੀਤਾ ਗਿਆ, ਉਹਨਾਂ ਨੂੰ ਆਖਰ ਕਿਉਂ ਖਤਮ ਕੀਤਾ ਗਿਆ? ਪਰ ਜਿਹੜੇ ਵਿਰੋਧ ਕਰਨ ਵਾਲੇ ਜਿਹੜੇ ਲੋਕ ਆਏ ਸਨ, ਸਿੱਖ ਆਏ ਸਨ, ਪੁਲਿਸ ਨੇ ਇੱਥੇ ਵੀ ਅੰਧਾਧੁੰਨ ਗੋਲੀ ਚਲਾਉਣੀ ਆਰੰਭ ਕਰ ਦਿੱਤੀ। ਜਿਸ ਵਕਤ ਇਹ ਗੋਲੀ ਚੱਲੀ ਤੇ ਉੱਥੇ ਵੀ ਪਟਿਆਲੇ ਦੇ ਅੰਦਰ ਵੀ ਕਈ ਸਿੱਖਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ। ਜਿਸ ਵਕਤ ਸਿੱਖ ਸ਼ਹਾਦਤਾਂ ਦੇ ਰਹੇ ਸਨ, ਉਸ ਵਕਤ ਇੱਕ ਬੁੱਚੜ ਇਨਸਾਨ ਸਰਦਾਰ ਪ੍ਰਤਾਪ ਸਿੰਘ ਕੈਰੋਂ, ਉਸ ਨੇ ਜਿਹੜੇ ਲੋਕ ਪੁਲਿਸ ਵਾਲੇ ਸਨ ਉਹਨਾਂ ਨੂੰ ਬਕਾਇਦਾ ਤੌਰ 'ਤੇ 1 ਸਾਲ ਦੀ ਜਿਹੜੀ ਤਨਖਾਹ ਸੀ ਉਹ ਇਨਾਮ ਵਜੋਂ ਦਿੱਤੀ ਵੀ ਤੁਸੀਂ ਬੜਾ ਹੀ ਚੰਗਾ ਕੰਮ ਕੀਤਾ ਹੈ। ਸਿੱਖਾਂ ਦੇ ਉੱਤੇ ਇੰਨਾ ਕੁਝ ਤਸ਼ੱਦਦ ਕਰਨ ਵਾਲਿਆਂ ਨੂੰ ਇਨਾਮ ਦਿੱਤਾ ਜਾ ਰਿਹਾ ਹੈ। ਜਿਹੜੇ ਨਾਰੇ ਮਾਰਨ ਵਾਲੇ ਨੇ ਪੰਜਾਬੀ ਸੂਬਾ ਮੁਰਦਾਬਾਦ, ਉਹਨਾਂ ਨੂੰ ਕੁਝ ਨਹੀਂ ਕਿਹਾ ਜਾ ਰਿਹਾ। ਜਿਹੜੇ ਪੰਜਾਬੀ ਸੂਬਾ ਜ਼ਿੰਦਾਬਾਦ ਕਹਿੰਦੇ ਨੇ, ਬਸ ਕਹਿਣ ਦੀ ਦੇਰ ਹੈ, ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਤੁੰਨ ਦਿੱਤਾ ਜਾਂਦਾ ਹੈ, ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਬੰਦ ਕਰ ਦਿੱਤਾ ਜਾਂਦਾ ਹੈ। ਸਮਾਂ ਆਖਰ ਫਿਰ ਥੋੜ੍ਹਾ ਤਬਦੀਲ ਹੋਇਆ, ਬਦਲਿਆ,
ਆਖਰ ਜੰਗ 1965 ਦੀ ਲੱਗੀ। ਸਿੱਖਾਂ ਨੇ ਫਿਰ ਸਭ ਕੁਝ ਭੁਲਾ ਦਿੱਤਾ ਵੀ ਕਿਸੇ ਤਰੀਕੇ ਦੇ ਨਾਲ, ਕਿਉਂਕਿ ਇਸ ਦੇਸ਼ ਨੂੰ ਬਚਾਉਣ ਵਾਸਤੇ ਅਸੀਂ ਹੁਣ ਤੱਕ ਜਾਨਾਂ ਹੂਲ ਕੇ ਲੜੇ ਹਾਂ, ਹੁਣ ਤੱਕ ਸਾਡਾ ਇਹ ਕੰਮ ਹੈ, ਇਹ ਧਰਤੀ ਨੂੰ, ਇਸ ਦੇਸ਼ ਨੂੰ ਅਸੀਂ ਆਪਣਾ ਦੇਸ਼ ਸਮਝਿਆ ਹੈ। ਸਭ ਕੁਝ ਭੁੱਲਦਿਆਂ ਭੁਲਾਉਂਦਿਆਂ ਫਿਰ ਸਿੱਖਾਂ ਨੇ ਜਿਹੜੇ ਫੌਜੀ ਲੜਨ ਵਾਸਤੇ ਬਾਰਡਰ ਦੇ ਉੱਤੇ ਗਏ ਸਨ ਉਹਨਾਂ ਦੀ ਫਿਰ ਸਹਾਇਤਾ ਕੀਤੀ। ਇੱਥੋਂ ਤੱਕ ਲੰਗਰ ਪ੍ਰਸ਼ਾਦਾ ਪਾਣੀ ਫਿਰ ਸਿੱਖਾਂ ਨੇ ਦਿੱਤਾ, ਕੋਈ ਕਿਸੇ ਤਰੀਕੇ ਦਾ ਫਿਰ ਵਿਤਕਰਾ ਨਹੀਂ ਕੀਤਾ ਗਿਆ। ਹੁਣ ਫਿਰ ਇੱਕ ਪਾਸੇ ਸਰਕਾਰ ਦਾ ਇਹ ਕੰਮ ਸੀ ਪੰਜਾਬੀ ਸੂਬਾ ਬਣਨਾ ਨਹੀਂ ਚਾਹੀਦਾ, ਫਿਰ ਇਹ ਪੰਜਾਬੀ ਸੂਬਾ ਬੜੇ ਜ਼ੋਰਾਂ 'ਤੇ ਆਇਆ। ਜਿਹੜਾ ਪੰਜਾਬੀ ਸੂਬਾ ਦੇ ਨਾਰੇ ਮਾਰਨ ਵਾਲੇ, ਜਿਹੜਾ ਪਿੱਛੇ ਥੋੜ੍ਹਾ ਜਿਹਾ ਇਤਿਹਾਸ ਨੂੰ ਪੜ੍ਹੀਏ ਤਾਂ 22 ਅਕਤੂਬਰ 1960 ਦੇ ਅੰਦਰ ਪੰਜਾਬੀ ਸੂਬਾ ਜ਼ਿੰਦਾਬਾਦ ਦਾ ਨਾਰਾ ਮਾਰਨ ਵਾਲਾ ਇੱਕ ਬੱਚਾ ਜਿਹਦਾ ਨਾਮ ਇੰਦਰਜੀਤ ਸਿੰਘ ਕਰਨਾਲ, ਉਸਨੂੰ ਸ਼ਹੀਦ ਕੀਤਾ ਗਿਆ। ਉਹ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਰੇ ਮਾਰ ਰਿਹਾ ਹੈ ਅਤੇ ਪੁਲਿਸ ਦੀ ਗੱਡੀ ਆਈ, ਹੋਰ ਕਈ ਬੱਚੇ ਸਨ, ਉਹਨਾਂ ਦੇ ਉੱਤੇ ਲਾਠੀ ਚਾਰਜ ਉਹਨਾਂ ਨੇ ਕੀਤਾ। ਇਸ ਬੱਚੇ ਦੇ ਉੱਤੇ ਇੰਨਾ ਲਾਠੀ ਚਾਰਜ ਕੀਤਾ ਗਿਆ, ਇਹ ਬੱਚਾ ਛੋਟਾ ਜਿਹਾ ਪੰਜਾਬੀ ਸੂਬਾ ਜ਼ਿੰਦਾਬਾਦ ਕਹਿੰਦਾ ਰਿਹਾ, ਇੰਨਾ ਉਸ ਦੇ ਉੱਤੇ ਤਸ਼ੱਦਦ ਕੀਤਾ ਗਿਆ, ਜ਼ੁਲਮ ਕੀਤਾ ਗਿਆ, ਜਿਸ ਬੱਚੇ ਨੂੰ ਉਸ ਤੋਂ ਬਾਅਦ ਖੂਹ ਦੇ ਅੰਦਰ ਸੁੱਟ ਦਿੱਤਾ ਗਿਆ। ਇਹ ਬੱਚਾ ਉੱਥੇ ਸ਼ਹਾਦਤ ਦਾ ਜਾਮ ਪੀਂਦਾ ਹੈ। ਇਸ ਤੋਂ ਬਾਅਦ ਹੋਰ ਇਹ ਗਰਮੀ ਦੇ ਅੰਦਰ ਆਇਆ ਪੰਜਾਬੀ ਸੂਬੇ ਦੇ ਜਿਹੜਾ ਨਾਰੇ ਮਾਰਨੇ, ਜਾਂ ਆਪਾਂ ਇਉਂ ਕਹਿ ਲਈਏ ਪੰਜਾਬੀ ਸੂਬਾ ਜ਼ਿੰਦਾਬਾਦ। ਸਿੱਖਾਂ ਨੇ ਆਪਣੀ ਇਹ ਜਿਹੜੀ ਗੱਲ ਸੀ ਇਹ ਪਿੱਛੇ ਨਹੀਂ ਹਟਣ ਦਿੱਤੀ। ਆਖਰ ਫਿਰ 1966 ਦਾ ਉਹ ਦਿਨ ਆ ਗਿਆ ਜਿਸ ਵਕਤ ਪੰਜਾਬੀ ਬੋਲੀ ਦੇ ਆਧਾਰ ਦੇ ਉੱਤੇ ਪੰਜਾਬੀ ਸੂਬਾ ਸਾਨੂੰ ਮਿਲਿਆ ਪੰਜਾਬ ਦੇ ਰੂਪ ਵਿਖੇ। ਪੰਜਾਬੀ ਸੂਬਾ ਕਾਹਦਾ ਮਿਲਿਆ, ਇਹ ਲੰਗੜੀ, ਇਹ ਕਹਿ ਲਈਏ ਵੀ ਲੰਗੜਾ ਸੂਬਾ ਸਾਨੂੰ ਪ੍ਰਾਪਤ ਹੋਇਆ, ਜਿਸ ਦੇ ਵਿੱਚ ਗੁਲਜ਼ਾਰੀ ਲਾਲ ਨੰਦਾ ਨੇ ਜਿਹੜੇ ਮੁੱਖ ਇਲਾਕੇ ਸਨ ਜਿਵੇਂ ਅੰਬਾਲਾ, ਕਰਨਾਲ, ਇਹ ਸਾਰੇ ਪੰਜਾਬੀ ਬੋਲਣ ਵਾਲੇ ਇਲਾਕੇ ਸਨ, ਕਰਨਾਲ, ਅੰਬਾਲਾ ਜਾਂ ਚੰਡੀਗੜ੍ਹ, ਸਰਸਾ, ਇਹ ਸਾਰੇ ਪੰਜਾਬੀ ਬੋਲਣ ਵਾਲੇ ਇਲਾਕੇ ਸਨ, ਸ਼ਾਹਬਾਦ ਦਾ ਏਰੀਆ, ਇਹ ਜਿਹੜੇ ਸਾਰੇ ਸਨ ਇਹ ਉਸਨੇ ਪੰਜਾਬੀ ਸੂਬੇ ਤੋਂ ਬਾਹਰ ਰੱਖ ਦਿੱਤੇ ਗਏ। ਵੀ ਇਸ ਵਾਸਤੇ ਜਦੋਂ ਨਵੰਬਰ 1966 ਦੇ ਅੰਦਰ ਪੰਜਾਬ ਇੱਕ ਪਾਸੇ ਹੋ ਗਿਆ ਅਤੇ ਹਰਿਆਣੇ ਦੀ ਵੰਡ ਕਰ ਦਿੱਤੀ ਗਈ। ਦੁਖਾਂਤ ਇਹ ਵਾਪਰਿਆ, ਕੁਝ ਕੁ ਉਸ ਵਕਤ ਲੋਕਾਂ ਨੇ ਜੋ ਕੁਝ ਉਹਨਾਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਆਪਣੀ ਮਾਤ ਭਾਸ਼ਾ ਕਿਹੜੀ ਲਿਖਾਣੀ ਹੈ ਅਤੇ ਮਾਤਰ ਭਾਸ਼ਾ ਕਿਹੜੀ ਲਿਖਾਣੀ ਹੈ, ਉਹਨਾਂ ਨੇ ਦੋਵਾਂ ਦੇ ਅੰਦਰ ਹਿੰਦੀ ਭਰੀ, ਕਿਉਂਕਿ ਉਹਨਾਂ ਨੂੰ ਕਿਹਾ ਗਿਆ ਸੀ ਵੀ ਕਿਸੇ ਤਰੀਕੇ ਦੇ ਨਾਲ ਵੀ ਪੰਜਾਬੀ ਮਾਂ ਬੋਲੀ ਤੁਹਾਡੀ ਬਣੇ ਨਾ, ਜੇ ਪੰਜਾਬੀ ਮਾਂ ਬੋਲੀ ਬਣੀ ਤਾਂ ਫਿਰ ਦੁਖਾਂਤ ਇਹ ਵਾਪਰ ਜਾਏਗਾ, ਸਾਨੂੰ ਇਹ ਜਿਹੜਾ ਏਰੀਆ ਜ਼ਿਆਦਾ ਦੇਣਾ ਪਏਗਾ। ਪੰਜਾਬ ਉਹ ਜਿਹੜੀ ਚੰਡੀਗੜ੍ਹ ਦਾ ਇਲਾਕਾ ਸੀ ਉਹ ਤਾਂ ਸਾਡਾ ਉਹ ਸਥਾਨ ਸੀ ਜਿਸ ਸਥਾਨ ਉੱਤੇ ਸਾਡੇ ਘਰ ਘਾਟ ਬਰਬਾਦ ਕਰਕੇ ਉਹ ਜਿਹੜਾ ਸ਼ਹਿਰ ਸੀ ਉਹ ਵਸਾਇਆ ਗਿਆ ਸੀ, ਪਰ ਦੁੱਖ ਦੀ ਗੱਲ ਉਹ ਵੀ ਸਾਨੂੰ ਮਿਲ ਨਾ ਸਕਿਆ। ਖੈਰ, ਕੁਝ ਨਾ ਮਿਲਣ ਤੋਂ ਕੁਝ ਮਿਲ ਜਾਣਾ ਫਿਰ ਵੀ ਠੀਕ ਹੈ। ਕੁਝ ਸਮੇਂ ਵਾਸਤੇ ਆਖਰ ਸਿੱਖਾਂ ਨੇ ਜੋ ਕੁਝ ਮਿਲਿਆ ਸੀ ਉਸ ਉੱਤੇ ਸਬਰ ਕੀਤਾ, ਪਰ ਗੱਲ ਇੱਥੇ ਖਤਮ ਨਹੀਂ ਹੋਈ। ਆਖਰ 1968 ਦੇ ਅੰਦਰ ਨਕਸਲਵਾੜੀ ਜਿਹੜੀ ਇਹ ਲਹਿਰ ਆਰੰਭ ਹੋਈ ਸੀ, ਇਸ ਕਰਕੇ ਸੀ ਵੀ ਜ਼ੁਲਮ, ਸਰਕਾਰ ਦੇ ਜ਼ੁਲਮਾਂ ਦੇ ਖਿਲਾਫ ਬਾਬਾ ਬੂਝਾ ਸਿੰਘ ਉਹਨਾਂ ਨੇ ਇਹ ਲਹਿਰ ਨੂੰ ਆਰੰਭ ਕੀਤਾ ਸੀ। ਥਾਂ ਥਾਂ ਦੇ ਉੱਤੇ ਉਹਨਾਂ ਨੇ ਜਿਹੜੇ ਸਨ ਇਸ਼ਤਿਹਾਰ ਲਾਏ ਸਨ, ਉਹਨਾਂ ਦਾ ਸਾਥ ਜਿਹੜਾ ਦਿੱਤਾ ਸੀ ਬਾਬਾ ਨਿਰੰਜਨ ਸਿੰਘ ਨੇ ਦਿੱਤਾ ਸੀ। ਸਭ ਤੋਂ ਪਹਿਲਾਂ ਉਹਨਾਂ ਨੇ ਇਸ ਕਾਰਜ ਵਾਸਤੇ 500 ਰੁਪਈਆ ਉਸ ਵਕਤ ਦਿੱਤਾ ਸੀ ਤਾਂ ਕਿ ਇਹ ਕਾਰਜ ਰੁਕਣਾ ਨਹੀਂ ਚਾਹੀਦਾ, ਪਰ ਆਖਰ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਨੂੰ ਇੰਨੀਆਂ ਗੋਲੀਆਂ ਮਾਰੀਆਂ ਗਈਆਂ, ਉਹਨਾਂ ਦੀ ਲਾਸ਼ ਜਿਹੜੀ ਸੀ ਉਹ ਨਹਿਰ ਦੇ ਕੰਢੇ ਉਸ ਵਕਤ ਸਿੱਖਾਂ ਨੂੰ ਮਿਲੀ। ਇੰਨਾ ਕੁਝ ਹੋਇਆ, ਸਮਾਂ ਅੱਗੇ ਹੋਰ ਜਦੋਂ ਚਾਲੇ ਚੱਲਦਾ ਰਿਹਾ, ਫਿਰ ਜਿਸ ਵਕਤ ਜੰਗਾਂ ਹੋਈਆਂ, ਉਹੀ ਸਿੱਖ ਸਨ ਫੌਜੀ ਜਿਨ੍ਹਾਂ ਨੇ ਫਿਰ ਦੇਖਿਆ ਵੀ ਆਖਰ ਭਾਵੇਂ 1971 ਦੀ ਜੰਗ ਸੀ, ਉਸ ਵਕਤ ਉਹਨਾਂ ਨੇ ਫਿਰ ਇਹ ਮਹਿਸੂਸ ਕੀਤਾ ਵੀ ਇਸ ਦੇਸ਼ ਨੂੰ ਬਚਾਉਣਾ ਅੱਤ ਦਾ ਲਾਜ਼ਮੀ ਹੈ। ਭਾਵੇਂ ਜੋ ਕੁਝ ਸਾਡੇ ਨਾਲ ਵਾਪਰਿਆ ਇਸ ਗੱਲ ਨੂੰ ਫਿਰ ਭੁੱਲਦਿਆਂ ਹੋਇਆਂ ਸਿੱਖਾਂ ਨੇ ਫਿਰ ਆਪਣੀਆਂ ਛਾਤੀਆਂ ਅੱਗੇ ਡਾਹ ਦਿੱਤੀਆਂ। ਭਾਵੇਂ ਦੁਸ਼ਮਣ ਦੀ ਗੋਲੀ ਕਿਸ ਪਾਸਿਓਂ ਆਵੇ, ਆਖਰ ਅੱਗੇ ਸਿੱਖ ਦੀ ਛਾਤੀ ਹੈ। ਉਸ ਤੋਂ ਬਾਅਦ ਸਮਾਂ ਅੱਗੇ ਤਬਦੀਲ ਹੋ ਗਿਆ। ਜਦੋਂ ਆਪਾਂ ਦੇਖਦੇ ਹਾਂ 16-17 ਅਕਤੂਬਰ ਅਤੇ 1973 ਨੂੰ ਸਿੱਖ ਪੰਥ ਦੇ ਜਿਹੜੇ ਮਹਾਨ ਵਿਦਵਾਨ ਸਨ ਸਰਦਾਰ ਕਪੂਰ ਸਿੰਘ ਨੇ, ਉਹਨਾਂ ਨੇ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਸੀ ਉਹ ਪੇਸ਼ ਕੀਤਾ। ਹੁਣ ਅਨੰਦਪੁਰ ਸਾਹਿਬ ਦੇ ਮਤੇ ਨੂੰ ਇੰਜ ਹਵਾ ਬਣਾਇਆ ਗਿਆ ਵੀ ਅਨੰਦਪੁਰ ਸਾਹਿਬ ਦਾ ਮਤਾ ਅਤੇ ਅਸਲ ਦੇ ਅੰਦਰ ਇਹ ਲੋਕ ਜਿਹੜੇ ਨੇ ਇਸ ਜਿਹੜਾ ਦੇਸ਼ ਨੂੰ ਤੋੜਨਾ ਚਾਹੁੰਦੇ ਨੇ, ਜਦੋਂ ਕਿ ਉਸ ਦਾ ਥੋੜ੍ਹਾ ਜਿਹਾ ਵਿਸਤਾਰ ਉਸ ਤੋਂ ਬਾਅਦ
ਅਕਾਲੀਆਂ ਨੇ ਵੀ ਕੀਤਾ ਸੀ ਵੀ ਜਿਹੜਾ ਜਿਹੜੇ ਉਸ ਵਕਤ ਦੇ ਅਕਾਲੀ ਮੌਜੂਦ ਸਨ ਉਹਦੇ ਵਿੱਚ ਕੁਝ ਕੁਝ ਚੀਜ਼ਾਂ ਉਹਦੇ ਵਿੱਚ ਹੋਰ ਦਰਜ ਕੀਤੀਆਂ ਗਈਆਂ ਸਨ। ਇਹ ਪੰਜਾ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਸੀ ਕੋਈ ਹੋਵੇ ਵਾਲੀ ਗੱਲ ਨਹੀਂ ਸੀ। ਇਹ ਤਾਂ ਸਾਨੂੰ ਬਈ ਜਿਹੜਾ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਸੀ ਸਾਨੂੰ ਪਹਿਲੇ ਜਿਹੜਾ ਪਹਿਲੇ ਨੰਬਰ ਦਾ ਜਿਹੜਾ ਆਪਾਂ ਕਹਿ ਲਈਏ ਵੀ ਹਿੰਦੁਸਤਾਨੀ ਸਮਝਿਆ ਜਾਏ ਇਹ ਸੀ ਜਾਂ ਭਾਰਤ ਸਰਕਾਰ ਪੰਜਾਬ ਦੇ ਅੰਦਰ ਆਪਣਾ ਹਸਤਕਸ਼ੇਪ ਨਾ ਕਰੇ। ਦੂਸਰੀ ਗੱਲ ਇਹ ਦਿਖਾਈ ਗਈ ਸੀ ਵੀ ਜਿਹੜੀ ਸਾਡਾ ਜਿਹੜਾ ਸਾਡਾ ਹੱਕ ਹੈ ਉਹ ਸਾਨੂੰ ਪ੍ਰਾਪਤ ਹੋ ਜਾਏ, ਜਿਹੜਾ ਕੁਝ ਸਾਡਾ ਹੱਕ ਬਣਦਾ ਹੈ ਉਹ ਸਾਨੂੰ ਦਿੱਤਾ ਜਾਏ ਉਦਯੋਗਪਤੀਆਂ ਵਾਸਤੇ, ਬਲਕਿ ਕੇਵਲ ਕਿਸਾਨਾਂ ਵਾਸਤੇ ਨਹੀਂ ਉਦਯੋਗਪਤੀਆਂ ਵਾਸਤੇ ਵੀ ਇਹ ਸਭ ਕੁਝ ਚੰਗਾ ਸੀ ਵੀ ਹਰ ਪੱਖ ਤੋਂ ਇਹ ਜਾਇਜ਼ ਸੀ। ਕਿਉਂਕਿ ਜਿਹੜਾ ਅੱਜ ਵੀ ਦੇਖਿਆ ਜਾਵੇ ਜੇ ਕਿਸੇ ਨੇ ਪੰਜਾਬ ਦੇ ਅੰਦਰ ਕੋਈ ਕਾਰੋਬਾਰ ਲਾਉਣਾ ਹੈ ਤਾਂ ਉਸ ਨੂੰ ਸਰਕਾਰ ਨੂੰ ਜਿਹੜਾ ਕਰ ਦੇਣਾ ਪੈਂਦਾ ਹੈ ਉਹ 30% ਦੇਣਾ ਪੈਂਦਾ ਹੈ, ਪਹਿਲਾਂ ਉਹ ਦੇਵੇਗੀ। ਅਤੇ ਜੇ ਪੰਜਾਬ ਤੋਂ ਬਾਹਰ ਕਿਸੇ ਨੇ ਉਦਯੋਗ ਸ਼ੁਰੂ ਕਰਨਾ ਹੈ ਉਲਟਾ ਸਰਕਾਰ ਉਸਨੂੰ ਦਿੰਦੀ ਹੈ। ਪੰਜਾਬ ਨੂੰ ਇਹ ਕਹਿ ਲਈਏ ਆਰਥਿਕ ਪੱਖ ਤੋਂ ਕਮਜ਼ੋਰ ਕਰਨ ਦੀਆਂ ਵਿਉਂਤਾਂ ਲਗਾਤਾਰ ਜਾਰੀ ਸਨ। ਉਸ ਤੋਂ ਬਾਅਦ ਸਮਾਂ ਇਹ ਵੀ ਦੇਖਿਆ ਇੱਥੇ ਆਨੰਦਪੁਰ ਸਾਹਿਬ ਦੇ ਮਤੇ ਦਾ ਵਿਰੋਧ ਕੀਤਾ ਗਿਆ। ਖੈਰ ਉਸ ਪ੍ਰਧਾਨ ਮੰਤਰੀ ਦੀ ਜਿਹੜੀ ਬੇਟੀ ਸੀ ਬੀਬੀ ਪ੍ਰਧਾਨ ਮੰਤਰੀ ਉਹ ਜਿਸ ਵਕਤ ਉਹਦੇ ਹੱਥ ਦੇ ਵਿੱਚ ਸੱਤਾ ਆਈ ਅਤੇ ਉਸਨੇ ਸਭ ਤੋਂ ਪਹਿਲਾਂ ਦੇਖਿਆ ਵੀ ਮੇਰੇ ਪਿਤਾ ਦੇ ਵਕਤ ਕਿਹੜਾ ਵਿਰੋਧ ਕਰਨ ਵਾਲਾ ਸੀ ਜਿਸ ਨੇ ਸਰਕਾਰ ਦਾ ਵਿਰੋਧ ਕੀਤਾ ਅਤੇ ਅੱਖ ਦੇ ਵਿੱਚ ਉਸ ਵਕਤ ਵੀ ਰੜਕੇ ਸਨ ਇਹ ਸਿੱਖ ਕਿ ਉਹਨੇ ਸਭ ਤੋਂ ਪਹਿਲਾਂ ਜਿਹੜਾ ਕੰਮ ਇਹ ਕੀਤਾ ਸੀ। ਕਿਉਂਕਿ ਜੇ ਇਹ ਦੇਸ਼ ਦੀ ਜਿੱਤ ਹੋਈ ਜਾਂ ਬੰਗਲਾਦੇਸ਼ ਨੂੰ ਜਿੱਤਣ ਦੀ ਗੱਲ ਆਈ ਸੀ ਉਹ ਆਪ ਨਾਇਕ ਬਣਨਾ ਚਾਹੁੰਦੀ ਸੀ। ਜਿਹੜੇ ਜਨਰਲ ਸੁਬੇਰ ਸਿੰਘ ਵਰਗੇ ਸਨ ਉਹਨਾਂ ਨੂੰ ਇਲਜ਼ਾਮ ਲਾਇਆ ਗਿਆ ਉਹਨਾਂ ਦੇ ਉੱਤੇ, ਉਹਨਾਂ ਨੂੰ ਇੱਥੋਂ ਤੱਕ ਕਿ ਝੂਠੇ ਇਲਜ਼ਾਮ ਲਾਏ ਗਏ ਅਤੇ ਮਾਮੂਲੀ ਜਿਹਾ ਕੇਸ ਪਾ ਕੇ ਉਹਨਾਂ ਨੂੰ ਉਹਨਾਂ ਦੇ ਵੱਖ ਰਿਟਾਇਰਮੈਂਟ ਤੋਂ ਪਹਿਲਾਂ ਹੀ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ। ਕਿਉਂ? ਇਹ ਸਿੱਖ ਨੂੰ ਨੀਵਾਂ ਦਿਖਾਉਣ ਵਾਸਤੇ। ਜੇਕਰ ਕਿਤੇ ਜਨਰਲ ਸੁਬੇਰ ਸਿੰਘ ਦੀ ਜਗ੍ਹਾ ਦੇ ਉੱਤੇ ਸਿੱਖ ਦੀ ਜਗ੍ਹਾ ਉੱਤੇ ਕੋਈ ਹੋਰ ਹੁੰਦਾ ਜਿਹਨੇ 90,000 ਉਸ ਵਕਤ ਸੈਨਿਕਾਂ ਦੇ ਹਥਿਆਰ ਸਟਵਾ ਦਿੱਤੇ ਸਨ ਤੇ ਮੈਨੂੰ ਲੱਗਦਾ ਹੈ ਪੂਰੀ ਦੁਨੀਆ ਦੇ ਅੰਦਰ ਉਸਨੂੰ ਮਹਾਨ ਕਰਕੇ ਜਰਨੈਲ ਕਰਕੇ ਜਾਣਿਆ ਜਾਣਾ ਸੀ। ਪਰ ਹਕੂਮਤ ਦੀ ਨੀਤੀ ਇਹ ਸੀ ਵੀ ਸਿੱਖਾਂ ਨੂੰ ਆਖਰ ਅੱਗੇ ਆਉਣ ਕਿਵੇਂ ਦਿੱਤਾ, ਬਿਲਕੁਲ ਇਹਨਾਂ ਨੂੰ ਪਿੱਛੇ ਰੱਖੇ, ਸਿੱਖ ਅੱਗੇ ਆਉਣ ਤੇ ਕਿਵੇਂ ਆਉਣ। ਖੈਰ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਜਿਨ੍ਹਾਂ ਨੂੰ ਫਸਾਇਆ ਗਿਆ ਝੂਠੇ ਕੇਸਾਂ ਦੇ ਅੰਦਰ ਉਹਨਾਂ ਨੂੰ ਬੇਇੱਜ਼ਤ ਕਰਨ ਵਾਸਤੇ ਰਿਟਾਇਰਮੈਂਟ ਤੋਂ ਪਹਿਲਾਂ ਇਹ ਬਰਖਾਸਤ ਕੀਤਾ ਗਿਆ। ਇਸ ਤੋਂ ਬਾਅਦ ਸਮਾਂ ਆਇਆ 1975 ਦਾ ਜਿਸ ਵਕਤ ਭਾਰਤ ਸਰਕਾਰ ਨੇ ਇਹ ਦੇਖਿਆ, ਉਸੇ ਬੀਬੀ ਪ੍ਰਧਾਨ ਮੰਤਰੀ ਨੇ ਇਹ ਇਰਾਦਾ ਬਣਾਇਆ, ਇਹ ਫੈਸਲਾ ਲਿਆ, ਪੂਰੇ ਦੇਸ਼ ਦੇ ਅੰਦਰ ਐਮਰਜੈਂਸੀ ਲਾਗੂ ਕਰ ਦਿੱਤੀ ਗਈ। ਉਹਦਾ ਮਤਲਬ ਇਹ ਸੀ ਵੀ ਕੋਈ ਵੀ ਸਾਡੀ ਇਜਾਜ਼ਤ ਤੋਂ ਬਿਨਾਂ ਲਿਖ ਪੜ੍ਹ ਬੋਲ ਨਹੀਂ ਸਕਦਾ। ਉਹ ਪੂਰੇ ਸਰਕਾਰ ਦੇ ਆਪਣੇ ਅਧੀਨ ਪੂਰੇ ਦੇਸ਼ ਨੂੰ ਲੈ ਕੇ ਇੱਕ ਨਾਇਕਾ ਬਣਨਾ ਚਾਹੁੰਦੀ ਸੀ ਉਹ ਬੀਬੀ। ਦੁਖਾਂਤ ਇਹ ਵਾਪਰਿਆ ਜਿਹੜੇ ਉਸ ਵਕਤ ਦੇ ਆਗੂ ਲੋਕ ਸਨ, ਜਿਹੜੇ ਲੋਕ ਵਿਡੋਬਾ ਭਾਵੇ ਵਰਗੇ ਸਨ, ਜਿਨ੍ਹਾਂ ਨੂੰ ਉਸ ਵਕਤ ਦੇ ਭਾਰਤ ਦੇ ਸੰਤ ਕਿਹਾ ਜਾਂਦਾ ਸੀ, ਆਖਰ ਉਹਨਾਂ ਨੇ ਵੀ ਮੌਨ ਵਰਤ ਰੱਖ ਲਿਆ ਵੀ ਇਸ ਵਕਤ ਉਹਨਾਂ ਨੂੰ ਵੀ ਬੋਲਣਾ ਚੰਗਾ ਨਾ ਸਮਝਿਆ। ਦੁੱਖ ਇਹ ਸੀ ਨਾ, ਕਿਉਂਕਿ ਜਿਹੜਾ ਵੀ ਉਸ ਵਕਤ ਬੋਲਦਾ ਸੀ ਆਪਣੇ ਮੁੱਖ ਤੋਂ ਜ਼ੁਬਾਨ ਖੋਲ੍ਹਦਾ ਸੀ ਉਹਨੂੰ ਜੇਲ੍ਹ ਦੇ ਅੰਦਰ ਤੁੰਨ ਦਿੱਤਾ ਜਾਂਦਾ ਸੀ, ਉਹਦੇ ਉੱਤੇ ਜ਼ੁਲਮ ਕੀਤੇ ਜਾਂਦੇ ਸਨ। ਕੇਵਲ ਅਤੇ ਕੇਵਲ ਉਸ ਵਕਤ ਸਿੱਖ ਸਨ ਜਿਹੜੇ ਉਸ ਵਕਤ ਸਾਹਮਣੇ ਆਏ, ਜਿਨ੍ਹਾਂ ਨੇ ਐਮਰਜੈਂਸੀ ਦਾ ਵਿਰੋਧ ਕੀਤਾ ਅਤੇ ਇਸੇ ਕਰਕੇ ਸਿੱਖ ਉਹਨਾਂ ਨੂੰ ਚੰਗੇ ਨਾ ਲੱਗੇ। ਉਹਨੇ ਫਿਰ ਫੈਸਲਾ ਕਰ ਲਿਆ ਇਹ ਸਿੱਖਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਮਾਂ ਆਏਗਾ ਅਤੇ ਇਹਨਾਂ ਨੂੰ ਦੱਸਾਂਗੀ ਵੀ ਮੈਂ ਦਿਖਾਵਾਂਗੀ, ਇਹਨਾਂ ਦੇ ਨਾਲ ਕੱਢਾਂਗੀ ਵੈਰ ਜੋ ਇਹ ਵਾਰ ਵਾਰ ਮੇਰੀ ਵਿਰੋਧਤਾ ਕਰ ਰਹੇ ਨੇ। ਪੂਰੇ ਦੇਸ਼ ਦੇ ਅੰਦਰ ਮੇਰੀ ਵਿਰੋਧਤਾ ਨਹੀਂ ਕੀਤੀ ਗਈ ਪਰ ਆਖਰ ਇਹਨਾਂ ਸਿੱਖਾਂ ਨੇ ਮੇਰੀ ਵਿਰੋਧਤਾ ਕੀਤੀ ਹੈ। ਸਮਾਂ ਉਸ ਤੋਂ ਅੱਗੇ ਤੁਰਿਆ। 1976 ਦਾ ਸਮਾਂ ਆਇਆ ਜਿਹੜਾ ਪੰਜਾਬ ਦਾ ਪਾਣੀ ਸੀ ਉਹ ਤਮਾਮ ਇੱਥੋਂ ਤੱਕ ਜਿਹੜੇ ਹਰਿਆਣੇ ਆਦਿ ਨੂੰ, ਰਾਜਸਥਾਨ ਆਦਿ ਨੂੰ ਦੇ ਦਿੱਤਾ ਗਿਆ। ਪੰਜਾਬ ਦੇ ਅੰਦਰ ਜਿਹੜੇ ਸਿੱਖ ਸਨ, ਜਿਹੜੇ ਕਿਸਾਨ ਸਨ, ਉਹਨਾਂ ਦੀਆਂ ਜ਼ਮੀਨਾਂ ਦੇ ਕੋਲੋਂ ਪਾਣੀ ਗੁਜ਼ਰ ਰਿਹਾ ਹੈ ਪਰ ਉਹਨਾਂ ਨੂੰ ਪਾਣੀ ਪ੍ਰਾਪਤ ਨਹੀਂ। ਪਾਣੀ ਕਿਸ ਨੂੰ ਪ੍ਰਾਪਤ ਹੈ? ਪਾਣੀ ਦੂਸਰੇ ਸੂਬਿਆਂ ਨੂੰ ਦੇ ਦਿੱਤਾ ਗਿਆ। ਆਖਰ ਸਿੱਖਾਂ ਨੇ ਆਪਣੀ ਮੰਗ ਜਾਰੀ ਰੱਖੀ ਵੀ ਇਹਦੇ ਉੱਤੇ ਸਾਡਾ ਅਧਿਕਾਰ ਬਣਦਾ ਹੈ। ਆਖਰ ਫਿਰ ਮਾਰਚ 1977 ਦੇ ਅੰਦਰ ਇਸੇ ਬੀਬੀ ਦੀ ਬਹੁਤ ਵੱਡੀ ਹਾਰ ਹੋਈ, ਇਹ ਹੋਰ ਅੰਦਰੋਂ ਜਲ ਗਈ ਕਿ ਕਿਸੇ ਤਰੀਕੇ ਦੇ ਨਾਲ ਜੋ ਕੁਝ ਸਿੱਖਾਂ ਨੇ ਕੀਤਾ ਸਿੱਖਾਂ ਦੀ ਵਜ੍ਹਾ ਕਰਕੇ ਹੀ ਇਹ ਹਾਰ ਹੋਈ ਹੈ। ਇਹਨਾਂ ਦਾ ਬਦਲਾ ਜ਼ਰੂਰ, ਇਸ ਹਾਰ ਦਾ ਬਦਲਾ ਮੈਂ ਇਹਨਾਂ ਕੋਲ ਲੈ ਕੇ ਰਵਾਂਗੀ। 1978 ਆਇਆ ਜਿਸ ਵਕਤ
ਪੰਜਾਬ ਦੇ ਅੰਦਰ ਨਕਲੀ ਨਿਰੰਕਾਰੀ ਪ੍ਰਗਟ ਹੋਏ ਉਹਨਾਂ ਨੂੰ ਸ਼ਹਿ ਦੇਣਾ ਸਰਕਾਰ ਦਾ ਕੰਮ ਸੀ ਕਿਉਂਕਿ ਜਿਹੜੇ ਸਭ ਤੋਂ ਇਸ ਤੋਂ ਪਹਿਲਾਂ ਸੀ ਅਵਤਾਰ ਸਿਉਂ ਉਹ ਨਕਲੀ ਨਿਰੰਕਾਰੀ ਕੀ ਕਰਦਾ ਸੀ ਉਹਨੇ ਗੁਰੂ ਸਾਹਿਬਾਨਾਂ ਦੇ ਉੱਤੇ ਕਿੰਤੂ ਪਰੰਤੂ ਕੀਤਾ ਇੱਥੋਂ ਤੱਕ ਸਾਹਿਬਾਂ ਦੇ ਉੱਤੇ ਵਾਰ ਵਾਰ ਉਹਨੇ ਐਸੇ ਕਬੋਲ ਬੋਲਾਂ ਦਾ ਇਸਤੇਮਾਲ ਕੀਤਾ ਜੋ ਸਹਿਣ ਤੋਂ ਪਰੇ ਸਨ ਉਸ ਤੋਂ ਬਾਅਦ ਉਹਦਾ ਆਪਣਾ ਪੁੱਤਰ ਬੈਠਾ ਗੁਰਬਚਨ ਸਿੰਘ ਉਹਨੂੰ ਵੈਸੇ ਕਿਹਾ ਜਾਂਦਾ ਪਰ ਮੈਂ ਇਸ ਕਰਕੇ ਗੁਰਬਚਨਾ ਇਸਤੇਮਾਲ ਕਰ ਰਿਹਾ ਉਹ ਜਿਹੜਾ ਸੀ ਉਸ ਉੱਤੇ ਬੈਠਾ ਉਹ ਨਕਲੀ ਨਿਰੰਕਾਰੀ ਉਹਨੇ ਆਪਣੇ ਪਿਤਾ ਦੁਆਰਾ ਜੋ ਪ੍ਰਚਾਰ ਕੀਤਾ ਗਿਆ ਸੀ ਉਸ ਨੂੰ ਜਾਰੀ ਰੱਖਾ ਜਿਹੜੀ ਕੁਸੰਗਤ ਉਹ ਕਰਵਾਉਂਦਾ ਸੀ ਜਿੱਥੇ ਜਿੱਥੇ ਉਹਦੇ ਕੁਸੰਗਤ ਦੇ ਸਮਾਗਮ ਹੁੰਦੇ ਸਨ ਉਹਨਾਂ ਸਮਾਗਮਾਂ ਦੇ ਅੰਦਰ ਉਹ ਸਿੱਖਾਂ ਦੀ ਇਸ ਤਰੀਕੇ ਦੇ ਨਾਲ ਸਿੱਖਾਂ ਦਾ ਵਿਰੋਧ ਕਰਦਾ ਸਿੱਖਾਂ ਦੇ ਖਿਲਾਫ ਬੋਲਦਾ ਗੁਰਬਾਣੀ ਦਾ ਗਲਤ ਤਰੀਕੇ ਨਾਲ ਇਸਤੇਮਾਲ ਕਰਦਾ ਗੁਰੂ ਸਾਹਿਬਾਨਾਂ ਦੇ ਉੱਤੇ ਉਸਨੇ ਕਿੰਤੂ ਪਰੰਤੂ ਕੀਤਾ ਪਰ ਕਮਾਲ ਦੀ ਗੱਲ ਸਿੱਖ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਉਸਦੀ ਵਿਰੋਧਤਾ ਕਰ ਰਹੇ ਸਨ ਉਹਨਾਂ ਦੀ ਇੱਕ ਗੱਲ ਨਾ ਸੁਣੀ ਗਈ ਇੱਥੋਂ ਤੱਕ ਸਿੱਖਾਂ ਨੇ ਕਿਹਾ ਵੀ ਇਸ ਭੂਤਰੇ ਹੋਏ ਨੂੰ ਜਿਹੜਾ ਹਟਾਉਣਾ ਕਰੋ ਇਹ ਸਾਡੇ ਗੁਰੂ ਸਾਹਿਬਾਨਾਂ ਦੇ ਖਿਲਾਫ ਕਬੋਲ ਬੋਲ ਬੋਲ ਰਿਹਾ ਹੈ ਸ਼ਾਂਤਮਈ ਤਰੀਕੇ ਨਾਲ ਅਸੀਂ ਸਭ ਕੁਝ ਇਹ ਗੱਲ ਆਪਣੀ ਪੇਸ਼ ਕੀਤੀ ਪਰ ਸਰਕਾਰ ਨੇ ਕੋਈ ਉਂਗਲ ਨਾ ਫੜਾਈ ਬਲਕਿ ਉਸ ਨਕਲੀ ਨਿਰੰਕਾਰੀ ਨੂੰ ਨਰਕ ਧਾਰੀਏ ਨੂੰ ਬਲਕਿ ਸ਼ਹਿ ਦਿੱਤੀ ਗਈ ਹੁਣ ਇੱਥੋਂ ਤੱਕ ਸਮਾਂ ਦੁਖਾਂਤ ਵਾਲਾ ਵਾਪਰ ਗਿਆ ਇੱਧਰ ਜਿਹੜੇ ਸਿੱਖ ਸਨ ਉਹ ਵੀ ਪਿੱਛੇ ਹਟਣ ਵਾਲੇ ਨਹੀਂ ਸਨ ਉਸ ਵਕਤ ਇਤਿਹਾਸ ਦੱਸਦਾ ਹੈ ਇਸ ਤੋਂ ਪਹਿਲਾਂ ਵੀ ਜਦੋਂ ਇਹ ਸਭ ਕੁਝ ਵਾਪਰਿਆ ਸੀ ਤੇ ਉਸ ਵਕਤ ਸਨ ਜਿਹੜੇ ਸੰਤ ਬਾਬਾ ਕਰਤਾਰ ਸਿੰਘ ਭਿੰਡਰਾਂ ਵਾਲੇ ਉਹਨਾਂ ਨੇ ਉਸ ਵਕਤ ਉਹ ਵੀ ਸਾਹਮਣੇ ਆਏ ਉਹਨਾਂ ਨੇ ਇਸ ਗੱਲ ਦੀ ਵਿਰੋਧਤਾ ਕੀਤੀ ਵੀ ਸਾਡੇ ਗੁਰੂ ਸਾਹਿਬਾਨਾਂ ਦੀ ਬੇਅਦਬੀ ਕਿਸੇ ਤਰੀਕੇ ਨਾਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਇੱਕ ਵਾਰ ਤੇ ਉਹ ਗੁਰਦੁਆਰਾ ਸਾਹਿਬ ਵਿਖੇ ਲੈਕਚਰ ਕਰ ਰਹੇ ਸਨ ਆਪਣੇ ਪ੍ਰਵਚਨ ਕਰ ਰਹੇ ਸਨ ਉਸ ਵਕਤ ਪ੍ਰਧਾਨ ਮੰਤਰੀ ਆਈ ਕੁਝ ਕੁ ਝੋਲੀ ਚੱਕ ਜਿਹੜੇ ਲੋਕ ਸਨ ਨਾ ਉਹਨਾਂ ਨੇ ਹੱਥ ਜੋੜ ਜੋੜ ਕੇ ਖੜੇ ਹੋ ਕੇ ਗੁਰੂ ਦੀ ਹਜ਼ੂਰੀ ਦੇ ਅੰਦਰ ਇਸ ਬੀਬੀ ਦਾ ਆਉਣ ਦਾ ਸਵਾਗਤ ਕੀਤਾ ਪਰ ਉਹਨਾਂ ਨੇ ਆਪਣੇ ਪ੍ਰਵਚਨਾਂ ਦੇ ਅੰਦਰ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਜਿਹੜੇ ਦਮਦਮੀ ਟਕਸਾਲ ਦੇ 13ਵੇਂ ਮੁਖੀ ਸਨ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਵੀ ਗੁਰੂ ਦੀ ਹਜ਼ੂਰੀ ਵਿੱਚ ਮੇਰਾ ਬਾਦਸ਼ਾਹ ਸਤਿਗੁਰੂ ਦਾਤਾ ਜੀ ਹਨ ਇੱਥੇ ਕੋਈ ਪ੍ਰਧਾਨ ਮੰਤਰੀ ਵੀ ਆ ਜਾਏ ਤੇ ਕਦੇ ਖੜੇ ਹੋ ਕੇ ਆਪਣੇ ਗੁਰੂ ਦਾ ਅਪਮਾਨ ਨਾ ਕਰੋ ਇੱਥੇ ਗੁਰੂ ਸਭ ਤੋਂ ਵੱਡਾ ਹੈ ਪਰ ਉਹ ਤੇ ਕਦੋਂ ਦੀ ਬੀਬੀ ਚਾਹੁੰਦੀ ਸੀ ਵੀ ਇਹਨਾਂ ਦੇ ਨਾਲ ਆਖਰ ਕਿਸ ਤਰੀਕੇ ਨਾਲ ਈਰਖਾ ਕੱਢੀ ਜਾਏ ਬਹਾਨੇ ਕਈ ਬਣ ਗਏ ਕਈ ਸੰਤ ਬਿਰਤੀਆਂ ਦੇ ਮਾਲਕ ਜਿਹੜੇ ਸਨ ਜਿਨ੍ਹਾਂ ਦੇ ਵਿੱਚੋਂ ਭਾਈ ਫੌਜਾ ਸਿੰਘ ਅਖੰਡ ਕੀਰਤਨੀ ਜਥਾ ਜਿਹੜੇ ਮੁਖੀ ਲੋਕ ਸਨ ਜਿਨ੍ਹਾਂ ਨੇ ਇਹ ਕਿਹਾ ਵੀ ਹੁਣ ਇਸ ਮੁਹਿੰਮ ਦੇ ਅੰਦਰ ਜਿਹੜਾ ਕੁਝ ਸ਼ਾਮਲ ਹੋਣਾ ਜ਼ਰੂਰੀ ਹੈ ਲਾਜ਼ਮੀ ਹੈ ਉਸ ਤੋਂ ਬਾਅਦ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਉਹ ਵੀ ਇਸ ਮੈਦਾਨ ਦੇ ਅੰਦਰ ਆ ਚੁੱਕੇ ਨੇ ਕਾਰਨ ਕੀ ਬਣਿਆ ਕਾਰਨ ਇਹ ਬਣਿਆ ਵੀ ਜੋ ਕੁਝ ਸਾਡੇ ਨਾਲ ਵਾਪਰ ਰਿਹਾ ਸੀ ਉਸ ਬਾਬਤ ਇਹ ਜਾਣਨਾ ਅੱਤ ਦਾ ਜ਼ਰੂਰੀ ਸੀ ਲਾਜ਼ਮੀ ਸੀ ਤੇ ਜਿਸ ਵਕਤ ਆਪਾਂ ਦੇਖਦੇ ਹਾਂ 1978 ਦੇ ਅੰਦਰ ਨਿਰੰਕਧਾਰੀ ਜਿਹੜੇ ਲੋਕ ਸਨ ਉਹਨਾਂ ਨੂੰ ਸਮਾਗਮ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਗੁਰਬਚਨੇ ਨੂੰ ਅੰਮ੍ਰਿਤਸਰ ਸਾਹਿਬ ਦੇ ਅੰਦਰ ਤੇ ਆਖਰ ਸ਼ਾਂਤਮਈ ਢੰਗ ਦੇ ਨਾਲ ਸਿੱਖਾਂ ਨੇ ਵਿਰੋਧਤਾ ਕੀ ਕਰਨੀ ਸੀ ਸਭ ਤੋਂ ਪਹਿਲਾਂ ਗੱਲ ਇਹ ਰੱਖੀ ਗਈ ਸੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜੀ ਉਸ ਵਕਤ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਮੈਂ ਖੁਦ ਜਾਣਾ ਵਾਂ ਤੇ ਆਪ ਆਪਣੇ ਸਾਥੀਆਂ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਜਾ ਕੇ ਇਸ ਕੁਸੰਗਤ ਦੀ ਵਿਰੋਧਤਾ ਕਰਦੇ ਹਾਂ ਖੈਰ ਉਸ ਵਕਤ ਸਿੱਖ ਕੁਝ ਕੁ ਜਿਹੜੇ ਨਾਲ ਸਨ ਇਹ ਉਹ ਕਹਿ ਲਈਏ ਜਿਹੜੇ ਮਹਾਨ ਗੁਰਸਿੱਖ ਨਾਲ ਸਨ ਉਹਨਾਂ ਨੇ ਇਹ ਗੱਲ ਦੇ ਉੱਤੇ ਜਿਵੇਂ ਜਿਨ੍ਹਾਂ ਦੇ ਵਿੱਚੋਂ ਭਾਈ ਅਮਰੀਕ ਸਿੰਘ ਜੀ ਕਹਿ ਲਈਏ ਸਿੱਖ ਫੈਡਰੇਸ਼ਨ ਦੇ ਜਿਹੜੇ ਪ੍ਰਧਾਨ ਸਨ ਉਹਨਾਂ ਨੇ ਇਸ ਗੱਲ ਤੋਂ ਇਹ ਕਹਿ ਦਿੱਤਾ ਸੀ ਵੀ ਨਹੀਂ ਸੰਤ ਜੀ ਕੌਮ ਨੂੰ ਤੁਹਾਡੀ ਬੜੀ ਜ਼ਰੂਰਤ ਹੈ ਇਸ ਕਰਕੇ ਤੁਸੀਂ ਉਸ ਥਾਂ ਦੇ ਉੱਤੇ ਨਾ ਜਾਓ ਸਰਕਾਰ ਦੀ ਸ਼ਹਿ ਹੈ ਭਾਈ ਫੌਜਾ ਸਿੰਘ ਜਿਹੜੇ ਸਨ ਉਹਨਾਂ ਨੇ ਕਿਹਾ ਵੀ ਅਸੀਂ ਜਾਵਾਂਗੇ ਆਖਰ ਉਹਨਾਂ ਨੂੰ ਰੋਕਿਆ ਗਿਆ ਪਰ ਉਹ ਇਸ ਗੱਲ ਦੇ ਉੱਤੇ ਮੰਨੇ ਨਹੀਂ ਆਖਰ ਆਪਣੇ ਸਾਥੀਆਂ ਦੇ ਨਾਲ ਉਹ ਸ਼ਾਂਤਮਈ ਤਰੀਕੇ ਦੇ ਨਾਲ ਇਹ ਕੁਸੰਗਤ ਦੀ ਵਿਰੋਧਤਾ ਕਰਨ ਵਾਸਤੇ ਪਹੁੰਚ ਗਏ ਪਰ ਜਦੋਂ ਵਿਰੋਧਤਾ ਕਰਨ ਵਾਸਤੇ ਜਾ ਰਹੇ ਸਨ ਭਾਰਤ ਸਰਕਾਰ ਦੁਆਰਾ ਪੁਲਿਸ ਨੂੰ ਜੋ ਸ਼ਹਿ ਦਿੱਤੀ ਗਈ ਸੀ ਉਹਨਾਂ ਨੇ ਗੋਲੀਆਂ ਦਾਗਣੀਆਂ ਆਰੰਭ ਕਰ ਦਿੱਤੀਆਂ ਕੁਝ ਕੁ ਉਸ ਵਕਤ ਨਸਲੀ ਨਿਰੰਕਾਰੀ ਦੇ ਜਿਹੜੇ ਨਰਕਧਾਰੀ ਨਿਰੰਕਾਰੀ ਦੇ ਜਿਹੜੇ ਚੇਲੇ ਸਨ ਉਹਨਾਂ ਨੇ ਵੀ ਸਿੱਖਾਂ ਦੇ ਉੱਤੇ ਇੱਕਦਮ ਗੋਲੀ ਜਾਰੀ ਰੱਖੀ ਤੇ ਉਸ ਵਕਤ 13 ਜਿਹੜੇ ਸਿੱਖ ਸਨ ਸਹਿਤ ਭਾਈ ਫੌਜਾ ਸਿੰਘ ਦੇ ਉਹਨਾਂ ਨੇ ਸ਼ਹਾਦਤਾਂ ਦੇ ਉੱਥੇ ਜਾਮ ਪੀਤੇ 78 ਦੇ ਕਰੀਬ ਜਿਹੜੇ ਸਨ ਉਹ ਜਿਹੜੇ ਉਸ ਵਕਤ ਜ਼ਖਮੀ ਹੋਏ ਸਨ ਪਰ ਕਮਾਲ ਦੀ ਗੱਲ
ਜਿਹੜੇ ਜ਼ਖਮੀ ਸਨ, ਜਿਹੜੇ ਸਿੱਖ ਸਨ, ਉਹਨਾਂ ਦੇ ਖਿਲਾਫ਼ ਤਾਂ ਪਰਚੇ ਜਾਰੀ ਹੁੰਦੇ ਨੇ, ਪਰ ਜਿਸ ਨੂੰ ਕੁਝ ਸਮੇਂ ਵਾਸਤੇ ਇਉਂ ਕਹਿ ਲਈਏ ਗੁਰਬਚਨੇ ਨੂੰ ਸਹਿ ਦਿੱਤੀ ਗਈ ਸਰਕਾਰ ਦੁਆਰਾ, ਪਰ ਉਹਨੂੰ ਕੁਝ ਸਮੇਂ ਵਾਸਤੇ ਜੇਲ੍ਹ ਦੇ ਅੰਦਰ ਬੰਦ ਕੀਤਾ ਗਿਆ, ਪਰ ਸਰਕਾਰ ਦੀ ਹੀ ਸ਼ਹਿ ਦੇ ਉੱਤੇ ਫਿਰ ਉਹਨਾਂ ਨੂੰ ਛੱਡ ਦਿੱਤਾ ਗਿਆ। ਉਹਨੇ ਸਿੱਖ ਕੌਮ ਨੂੰ ਇੱਕ ਤਾਨਾ ਮਾਰਿਆ ਸੀ ਉਸ ਵਕਤ। ਉਹਨੇ ਇਹ ਗੱਲ ਕਹੀ ਸੀ, ਕਹਿਣ ਲੱਗੇ ਦੇਖੋ ਤੁਹਾਡਾ ਗੁਰੂ ਹਰਗੋਬਿੰਦ ਸਾਹਿਬ 52 ਰਾਜਿਆਂ ਨੂੰ ਕਲੀਆਂ ਵਾਲਾ ਚੋਲਾ ਪਵਾ ਕੇ ਉਸਨੇ ਮੁਕਤ ਕੀਤਾ ਸੀ ਗਵਾਲੀਅਰ ਦੇ ਕਿਲ੍ਹੇ ਦੇ ਅੰਦਰ, ਅਤੇ ਅਸੀਂ ਆਪਣੇ ਚੇਲਿਆਂ ਨੂੰ 65 ਜਣਿਆਂ ਨੂੰ ਇਸ ਜੇਲ੍ਹ ਦੇ ਅੰਦਰੋਂ ਮੁਕਤ ਕਰਕੇ ਲਿਜਾ ਰਹੇ ਹਾਂ। ਜਿਸ ਵਕਤ ਸਿੱਖਾਂ ਦੇ ਉੱਤੇ ਉਸਨੇ ਤਾਨਾ ਮਾਰਿਆ, ਆਖਰ ਭਾਈ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਕੁਝ ਸਮਾਂ ਉਸੇ ਨਰਕ ਧਾਰੀਏ ਕੋਲ ਕੁਝ ਸਮਾਂ ਇਹ ਕਹਿ ਲਈਏ ਵੀ ਇੱਕ ਜ਼ਰੀਆ ਬਣਾਉਣਾ ਸੀ ਉਹਨਾਂ ਨੇ, ਭਾਵੇਂ ਕੁਝ ਸਮੇਂ ਉਹਨਾਂ ਦੇ ਉਸੇ ਹੀ ਡੇਰੇ ਦੇ ਅੰਦਰ ਉਹ ਰਹੇ, ਪਰ ਉਹਨਾਂ ਨੇ ਮੌਕਾ ਵੇਖ ਕੇ ਇਸ ਨਕਲੀ ਨਰਕਧਾਰੀ ਨਿਰੰਕਾਰੀ ਨੂੰ ਸਜ਼ਾ ਦੇਣੀ ਕੀਤੀ, ਇਹਨੂੰ ਮੌਤ ਦੇ ਘਾਟ, ਇਹਨੂੰ ਆਪਣੇ ਕੀਤੇ ਦੀ ਸਜ਼ਾ ਦੇ ਦਿੱਤੀ। ਇਤਿਹਾਸ ਨੇ ਫਿਰ ਉਹ ਦਿਨ ਦੁਹਰਾ ਦਿੱਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਗੁਰੂ ਪਾਤਸ਼ਾਹ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਜਿਨ੍ਹਾਂ ਨੇ ਵੀ ਗੁਰੂ ਪਾਤਸ਼ਾਹ ਦੇ ਖਿਲਾਫ਼ ਆਪਣੇ ਕਬੋਲ ਬੋਲਾਂ ਦਾ ਇਸਤੇਮਾਲ ਕੀਤਾ, ਸਿੱਖਾਂ ਨੇ ਦਿਖਾ ਦਿੱਤਾ ਸਾਡਾ ਇਤਿਹਾਸ ਵਾਰ ਵਾਰ ਆਪਣੇ ਆਪ ਨੂੰ ਦੁਹਰਾਉਂਦਾ ਹੈ। ਇਸ ਵੇਲੇ ਦੇ ਕੀਤੇ ਦੀ ਸਜ਼ਾ ਦਿੱਤੀ ਗਈ। ਖੈਰ ਉਸ ਤੋਂ ਬਾਅਦ 1981 ਦਾ ਸਮਾਂ ਆਇਆ ਜਿਸ ਵਕਤ ਸਿੱਖਾਂ ਨੇ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ ਗਈ। ਇੱਧਰ ਮੰਗ ਕਰਨ ਦੀ ਦੇਰ ਸੀ ਅਤੇ ਕੁਝ ਕੁ ਲੋਕਾਂ ਨੇ, ਫਿਰਕਾ ਪ੍ਰਸਤ ਲੋਕਾਂ ਨੇ ਇਸ ਦੇ ਖਿਲਾਫ਼ ਕਦਮ ਉਠਾਏ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ, ਊੜਾ ਊੜੀ ਨਹੀਂ ਪੜੇਗੇ, ਜੂੜਾ ਜੂੜੀ ਕੱਟ ਧਰੇਂਗੇ, ਅਤੇ ਇੱਥੋਂ ਤੱਕ ਕਹਿ ਦਿੱਤਾ ਕਛ ਕੜਾ ਕਿਰਪਾਨ ਭੇਜ ਦੇਂਗੇ ਪਾਕਿਸਤਾਨ, ਸਿਗਰਟ ਬੀੜੀ ਪੀਏਂਗੇ, ਹਮ ਸ਼ਾਨ ਸੇ ਜੀਏਂਗੇ। ਉਹਨਾਂ ਨੇ ਇਹ ਗੱਲ ਕਹਿ ਦਿੱਤੀ ਅਤੇ ਦੇਖੋ ਸਿੱਖਾਂ ਨੇ ਇਹ ਅੱਜ ਤੱਕ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਏ, ਪਰ ਕਮਾਲ ਦੀ ਗੱਲ ਜਿਹੜੀ ਗੁਰੂ ਦੀ ਨਗਰੀ ਹੈ ਉਸ ਖਿਲਾਫ਼ ਸਰਕਾਰ ਦੀ ਸੋਚ ਕੀ ਹੈ? ਚਲੋ ਖੈਰ ਇਹ ਗੱਲ ਵੱਖਰੀ ਹੈ। 1982 ਦਾ ਦਿਨ ਆਇਆ। 1982 ਦੇ ਅੰਦਰ ਏਸ਼ੀਆਈ ਖੇਡਾਂ ਦਿੱਲੀ ਦੇ ਅੰਦਰ ਹੋਈਆਂ ਸਨ, ਬਲਕਿ ਜਿਹਨੂੰ ਸਭ ਤੋਂ ਵੱਡਾ ਦੁਸ਼ਮਣ ਭਾਰਤ ਸਰਕਾਰ ਕਹਿੰਦੀ ਹੈ ਉਹਨੂੰ ਵੀ ਇਸ ਏਸ਼ੀਆਈ ਖੇਡਾਂ ਦੇ ਅੰਦਰ ਸੱਦਾ ਦਿੱਤਾ ਗਿਆ। ਤਮਾਮ ਥਾਵਾਂ ਤੋਂ ਪੂਰੇ ਦੁਨੀਆ ਨੂੰ ਸੱਦੇ ਦਿੱਤੇ ਗਏ ਵੀ ਤੁਸੀਂ ਆਵੋ, ਇਹਨਾਂ ਏਸ਼ੀਆਈ ਖੇਡਾਂ ਦੇ ਅੰਦਰ ਸ਼ਾਮਲ ਹੋ, ਪਰ ਆਪਣੀ ਦੇਸ਼ ਵਿੱਚ ਵਸਣ ਵਾਲੇ ਆਖਰ ਇਹਨਾਂ ਸਿੱਖਾਂ ਦੇ ਨਾਲ ਆਖਰ ਜੋ ਸਲੂਕ ਕੀਤਾ ਗਿਆ ਉਹ ਬਿਆਨ ਤੋਂ ਇੰਨਾ ਦੁਖਦਾਈ ਹੈ, ਪਰੇ ਹੈ। ਸਿੱਖਾਂ ਦੇ ਉੱਤੇ ਜਿਹੜੇ ਪੰਜਾਬ ਦੀ ਧਰਤੀ ਤੋਂ ਦਿੱਲੀ ਨੂੰ ਜਾਂਦੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ, ਉਹਨਾਂ ਨੂੰ ਦਿੱਲੀ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ, ਉਹਨਾਂ ਨੂੰ ਬੇਇੱਜ਼ਤ ਕਰਕੇ ਵਾਪਸ ਤੋਰਿਆ ਜਾਂਦਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਅੰਦਰ ਫਿਰ ਕਰਫਿਊ ਲੱਗਣੇ ਆਰੰਭ ਹੋ ਗਏ। ਕਾਰਨ ਇਹ ਸਭ ਕੁਝ ਕਾਰਨ ਬਣੇ ਇਸ ਦੀ ਤਿਆਰੀ ਜਿਹੜੀ 1984 ਤੱਕ ਦੇਣ ਆਏ ਇਹਦੀ ਤਾਂ ਪਹਿਲਾਂ ਹੀ ਸਮੇਂ ਤੋਂ ਤਿਆਰੀ ਚੱਲ ਰਹੀ ਸੀ। ਕਿਸੇ ਵਕਤ ਫੌਜ ਦੇ ਕੁਝ ਮੁਖੀ ਅਫਸਰਾਂ ਨੇ ਪ੍ਰਧਾਨ ਮੰਤਰੀ ਨੂੰ ਇਹ ਸਲਾਹ ਦਿੱਤੀ ਸੀ ਵੀ ਅਗਰ ਤੁਸੀਂ ਚਾਹੋ ਤੇ ਆਪਾਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰ ਸਕਦੇ ਹਾਂ, ਪਰ ਉਹਨੇ ਕਿਹਾ ਅਜੇ ਇਸ ਹਮਲੇ ਦਾ ਦਿਨ ਨਹੀਂ ਆਇਆ। ਕਾਰਨ ਕੀ ਹੈ ਇਸ ਪਿੱਛੇ? ਕਿਉਂਕਿ ਅਜੇ ਇਹਨਾਂ ਸੰਤਾਂ ਨੂੰ ਲੋਕਾਂ ਦੀ ਹਮਦਰਦੀ ਬੜੀ ਪ੍ਰਾਪਤ ਹੈ। ਕਿਉਂਕਿ ਹਮਦਰਦੀ ਪ੍ਰਾਪਤ ਹੋਣ ਦੇ ਕਾਰਨ ਕੀ ਨੇ? ਉਹਦੇ ਪਿੱਛੇ ਕਾਰਨ ਇਹ ਨੇ, ਜਿੱਥੇ ਦਾਜ ਵਾਲੇ ਲੋਕ ਦਾਜ ਮੰਗਦੇ ਨੇ ਇਹ ਹੀ ਸੰਤ ਨੇ ਜਿਹੜੇ ਜਾ ਕੇ ਐਸਾ ਖਾਮੋਸ਼ ਕਰ ਦਿੰਦੇ ਨੇ ਵੀ ਦਾਜ ਮੰਗਣ ਵਾਲੇ ਦੁਬਾਰਾ ਦਾਜ ਨਹੀਂ ਮੰਗਦੇ। ਇਹ ਪੰਜਾਬ ਦੇ ਅੰਦਰ ਲਾਗੂ ਹੋ ਗਿਆ ਸੀ ਤੇ ਜਿਹੜੇ ਆਨੰਦ ਕਾਰਜ ਹੁੰਦੇ ਸਨ ਜਾਂ ਵਿਆਹ ਹੁੰਦੇ ਸਨ ਉਹਨਾਂ ਦੇ ਵਿੱਚ 11 ਜਣਿਆਂ ਤੋਂ ਬਿਨਾਂ ਜਿਹੜੇ ਲੋਕ ਸਨ ਬਰਾਤੀਆਂ ਦੇ ਰੂਪ ਵਿੱਚ ਨਹੀਂ ਸਨ ਜਾ ਸਕਦੇ। ਜੇ ਕਿਸੇ ਬੱਚੀ ਦੇ ਉੱਤੇ ਜ਼ੁਲਮ ਕੀਤਾ ਜਾਂਦਾ ਸੀ ਸੰਤ ਜੀ ਆਪ ਪਹੁੰਚਦੇ ਤੇ ਆਪ ਜਾ ਕੇ ਉਸਦੀ ਸਹਾਇਤਾ ਕਰਦੇ। ਜੇ ਕਿਸੇ ਹਿੰਦੂ ਵੀਰ ਨੂੰ ਲੋੜ ਪੈਂਦੀ ਤੇ ਉਸ ਹਿੰਦੂ ਵੀਰ ਦੀ ਖੁਦ ਜਾ ਕੇ ਆਪ ਸਹਾਇਤਾ ਕਰਦੇ। ਪਰ ਸਰਕਾਰ ਕਹਿੰਦੀ ਸੀ ਇਸ ਵਕਤ ਸੰਤ ਜੀ ਨੂੰ ਹਮਦਰਦੀ ਹਾਸਲ ਹੈ, ਅਸੀਂ ਇਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ। ਗੱਲਬਾਤ ਕਰਨ ਵਾਸਤੇ ਸੰਤ ਜੀ ਨੂੰ ਸੱਦਿਆ ਗਿਆ, ਪਰ ਸੰਤ ਜੀ ਨੂੰ ਖਰੀਦਣ ਦਾ ਯਤਨ ਕੀਤਾ ਗਿਆ, ਪਰ ਆਖਰ ਉਹ ਸੰਤ ਬਿਰਤੀ ਦੇ ਮਾਲਕ ਜਿਨ੍ਹਾਂ ਨੇ ਦੇਸ਼ ਕੌਮ ਦੇ ਵਾਸਤੇ ਭਵਿੱਖ ਵਾਸਤੇ ਸਭ ਕੁਝ ਸੋਚਿਆ ਉਹਨਾਂ ਨੇ ਕਿਸੇ ਪੱਖ ਤੋਂ ਵੀ ਉਹਨਾਂ ਨੂੰ ਉਂਗਲ ਨਾ ਫੜਾਈ। ਆਖਰ ਉਹ ਬੀਬੀ ਪ੍ਰਧਾਨ ਮੰਤਰੀ ਤੜਫ ਗਈ, ਆਖਰ ਇਹਨਾਂ ਦੀ ਕੋਈ ਕਿਸੇ ਤਰੀਕੇ ਦੀ ਕਮਜ਼ੋਰੀ ਨਹੀਂ, ਕੀਤਾ ਤੇ ਕੀਤਾ ਕੀ ਜਾਏ।
ਇਸ ਤੋਂ ਬਾਅਦ ਆਪਾਂ ਸਮਾਂ ਉਹ ਦੇਖਦੇ ਹਾਂ ਉਹਨਾਂ ਨੇ ਇੱਕ ਭਾਸ਼ਣ ਤੇ ਅਖਬਾਰਾਂ ਦੇ ਰਾਹੀਂ ਭਾਵੇਂ ਉਹ ਉਸ ਵਕਤ ਦੀਆਂ ਜਲੰਧਰ ਦੀਆਂ ਅਖਬਾਰਾਂ ਸੀ ਜਾਂ ਕਿੱਥੋਂ ਵੀ ਕਿਹੜੀ ਕਿਹੜੀ ਅਖਬਾਰ ਕਿਉਂਕਿ ਇਹਨਾਂ ਦੇ ਉੱਤੇ ਉਸ ਵਕਤ ਸਰਕਾਰਾਂ ਹਾਵੀ ਹੋ ਚੁੱਕੀਆਂ ਸਨ ਇਹਨਾਂ ਨੇ ਅਖਬਾਰਾਂ ਦੇ ਅੰਦਰ ਐਸੇ ਭਾਸ਼ਣ ਦੇਣੇ ਆਰੰਭ ਕਰ ਦਿੱਤੇ ਜਿਹੜੇ ਸਿੱਖਾਂ ਦੇ ਖਿਲਾਫ ਸਨ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਖਿਲਾਫ ਇਹ ਭਾਸ਼ਣ ਦਰਜ ਕੀਤਾ ਗਿਆ ਵੀ ਸੰਤ ਜੀ ਇਹ ਗੱਲ ਕਹਿੰਦੇ ਨੇ ਬਈ ਜਿਹੜੇ ਪੰਜਾਬ ਦੀ ਧਰਤੀ ਉੱਤੇ ਵਸਣ ਵਾਲੇ ਹਿੰਦੂ ਨੇ ਉਹਨਾਂ ਨੂੰ ਸਾਰਿਆਂ ਨੂੰ ਮਾਰ ਦਿੱਤਾ ਜਾਏਗਾ ਖਤਮ ਕੀਤਾ ਜਾਏਗਾ ਜਦੋਂ ਕਿ ਸੰਤਾਂ ਨੇ ਬਕਾਇਦਾ ਤੌਰ 'ਤੇ ਇਸ ਤੋਂ ਬਾਅਦ ਆਪਣੇ ਭਾਸ਼ਣ ਦੇ ਅੰਦਰ ਇਹ ਗੱਲ ਕਹੀ ਸਾਡਾ ਤਾਂ ਧਰਮ ਹੀ ਐਸਾ ਹੈ ਜਿਹੜਾ ਹਰ ਇੱਕ ਨੂੰ ਸਿੱਧਾ ਸਿੱਧਾ ਚਾਰੇ ਵਰਨਾਂ ਨੂੰ ਇੱਕ ਤਰੀਕੇ ਦੇ ਨਾਲ ਮੰਨਦਾ ਹੈ ਸਾਡਾ ਤਾਂ ਉਹ ਵੀ ਹਿੰਦੂ ਵੀਰ ਵੀ ਸਾਡੇ ਭਰਾ ਨੇ ਅਸੀਂ ਕਿਸੇ ਨੂੰ ਖਤਮ ਕਰਨ ਦੀ ਗੱਲ ਹੀ ਨਹੀਂ ਕੀਤੀ ਬਲਕਿ ਅਸੀਂ ਤਾਂ ਇੱਕ ਆਪਣੇ ਹੱਕਾਂ ਦੇ ਵਾਸਤੇ ਜੰਗ ਲੜ ਰਹੇ ਹਾਂ ਸਾਡੇ ਫੜੇ ਹੋਏ ਹਥਿਆਰ ਇਹ ਨਹੀਂ ਵੀ ਕਿਸੇ ਦੇ ਉੱਤੇ ਜ਼ੁਲਮ ਕਰਨ ਵਾਸਤੇ ਨੇ ਸਾਨੂੰ ਤਾਂ ਆਪਣੇ ਗੁਰੂ ਦੀ ਹਰ ਵਕਤ ਗੱਲ ਚੇਤੇ ਹੈ ਹਥਿਆਰਾਂ ਦੀ ਵਰਤੋਂ ਕਿਸ ਤਰੀਕੇ ਨਾਲ ਕਰਨੀ ਹੈ ਕਿਸੇ ਔਰਤ ਦੇ ਉੱਤੇ ਨਹੀਂ ਕਿਸੇ ਬਜ਼ੁਰਗ ਦੇ ਉੱਤੇ ਨਹੀਂ ਕਿਸੇ ਨਿਹੱਥੇ ਦੇ ਉੱਤੇ ਨਹੀਂ ਕਿਸੇ ਬੱਚੇ ਦੇ ਉੱਤੇ ਨਹੀਂ ਕਿਸੇ ਸ਼ਰਨ ਆਏ ਦੇ ਉੱਤੇ ਨਹੀਂ ਕਈ ਦੌੜ ਰਹੇ ਦੇ ਉੱਤੇ ਨਹੀਂ ਕਿਸੇ ਬਿਮਾਰ ਦੇ ਉੱਤੇ ਨਹੀਂ ਸਾਨੂੰ ਤਾਂ ਆਪਣੇ ਗੁਰੂ ਦੀ ਹਰ ਇੱਕ ਗੱਲ ਚੇਤੇ ਹੈ ਹਥਿਆਰ ਸਿੱਖ ਜ਼ਰੂਰ ਫੜਦਾ ਹੈ ਪਰ ਇਹਦੇ ਮਤਲਬ ਇਹ ਨਹੀਂ ਉਹ ਜ਼ੁਲਮ ਕਰਨ ਵਾਸਤੇ ਹਥਿਆਰ ਫੜੇ ਗਏ ਨੇ ਸਾਡੀਆਂ ਅੱਖਾਂ ਦੇ ਸਾਹਮਣੇ ਜਦੋਂ ਸਾਡੀਆਂ ਬੱਚੀਆਂ ਦੀ ਬੇਪਤੀ ਹੋ ਰਹੀ ਹੈ ਬੱਚੀ ਭਾਵੇਂ ਹਿੰਦੂ ਦੀ ਹੋਵੇ ਅਤੇ ਭਾਵੇਂ ਸਿੱਖ ਦੀ ਹੋਵੇ ਪਰ ਉਹ ਜ਼ਾਲਮ ਬੰਦੇ ਨੂੰ ਸੋਧਣਾ ਸਾਡਾ ਕੰਮ ਹੈ ਇਹ ਹਥਿਆਰ ਇਸ ਕਰਕੇ ਫੜੇ ਨੇ ਜੇ ਜ਼ੁਲਮ ਸਹਿਣਾ ਵੀ ਪਾਪ ਹੈ ਤੇ ਜ਼ੁਲਮ ਕਰਨ ਵਾਲਾ ਜੇ ਪਾਪੀ ਹੈ ਤੇ ਜ਼ੁਲਮ ਸਹਿਣ ਵਾਲਾ ਵੀ ਪਾਪੀ ਹੈ ਇੱਕ ਗੱਲ ਯਾਦ ਰੱਖਣਾ ਉਹਨਾਂ ਨੇ ਆਪਣੀ ਤਕਰੀਰ ਦੇ ਅੰਦਰ ਇਹ ਗੱਲ ਕਹੀ ਸੀ ਮੈਂ ਸਰੀਰ ਦੀ ਮੌਤ ਨੂੰ ਮੌਤ ਨਹੀਂ ਮੰਨਦਾ ਜਦੋਂ ਜ਼ਮੀਰ ਮਰ ਜਾਂਦੀ ਹੈ ਹਕੀਕਤ ਦੇ ਅੰਦਰ ਉਹ ਮੌਤ ਹੈ ਪਰ ਉਹਨਾਂ ਦੇ ਸੰਤਾਂ ਦੀ ਇਸ ਗੱਲ ਨੂੰ ਉਜਾਗਰ ਨਹੀਂ ਕੀਤਾ ਗਿਆ ਕਿਉਂਕਿ ਸਰਕਾਰ ਜਿਸ ਦੀ ਸੀ ਤਾਕਤ ਜਿਸ ਦੇ ਕੋਲ ਸੀ ਉਹਨੇ ਆਪਣੇ ਅਨੁਸਾਰ ਇਸ ਤਾਕਤ ਨੂੰ ਵਰਤਣਾ ਕੀਤਾ ਖੈਰ ਉਸ ਤੋਂ ਬਾਅਦ ਉਹ ਦਿਨ ਆਏ ਪੰਜਾਬ ਦੇ ਅੰਦਰ ਜਿਸ ਵਕਤ ਬਕਾਇਦਾ ਤੌਰ 'ਤੇ ਇਹ ਤਿਆਰੀਆਂ ਆਰੰਭ ਹੋ ਗਈਆਂ ਸਨ ਸ਼੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦਾ ਮਾਡਲ ਤਿਆਰ ਕਰਕੇ ਬਕਾਇਦਾ ਤੌਰ 'ਤੇ ਟ੍ਰੇਨਿੰਗ ਦਿੱਤੀ ਗਈ ਸੀ ਚੰਡੀਗੜ੍ਹ ਦੇ ਅੰਦਰ ਚੰਡੀ ਮੰਦਰ ਦੇ ਬਿਲਕੁਲ ਨਜ਼ਦੀਕ 2-4 ਹੈੱਡਕੁਆਰਟਰ ਉਹਦੇ ਵਿੱਚ ਇਹ ਟ੍ਰੇਨਿੰਗ ਦਿੱਤੀ ਗਈ ਸੀ ਤਮਾਮ ਆਪਣੇ ਜਰਨੈਲਾਂ ਨੂੰ ਸੱਦ ਕੇ ਤਿੰਨੇ ਹੀ ਇਹ ਕਹਿ ਲਈਏ ਵੀ ਤਿੰਨੇ ਉੱਥੇ ਸਥਲ ਸੈਨਾ ਵਾਯੂ ਸੈਨਾ ਨੇਵੀ ਸੈਨਾ ਇਹਨਾਂ ਤਿੰਨਾਂ ਨੂੰ ਹੀ ਸੱਦਿਆ ਗਿਆ ਸੀ ਜਿਨ੍ਹਾਂ ਦੇ ਵਿੱਚੋਂ ਆਪਾਂ ਆਮ ਤੌਰ 'ਤੇ ਕੁਲਦੀਪ ਬਰਾੜ ਬਾਰੇ ਪੜ੍ਹਦੇ ਹਾਂ ਜਿਨ੍ਹਾਂ ਦੇ ਵਿੱਚੋਂ ਲੈਫਟੀਨੈਂਟ ਜਨਰਲ ਕੇ ਐਲ ਸੁੰਦਰ ਅਤੇ ਆਰ ਕੇ ਦਿਆਲ ਇਹਨਾਂ ਦਾ ਵਰਣਨ ਆਪਾਂ ਆਮ ਤੌਰ 'ਤੇ ਕਰਦੇ ਹਾਂ ਇਹਨਾਂ ਸਾਰਿਆਂ ਦੀ ਇੱਕ ਮੀਟਿੰਗ ਰੱਖੀ ਗਈ ਕੇ ਸੁੰਦਰ ਨੇ ਵੀ ਆਪਣੇ ਬੋਲ ਕਹੇ ਆਰ ਕੇ ਦਿਆਲ ਨੇ ਵੀ ਅਤੇ ਜਿਹੜੇ ਕੁਲਦੀਪ ਬਰਾੜ ਸਨ ਕੇਐਸ ਬਰਾੜ ਉਹਨਾਂ ਨੇ ਵੀ ਆਪਣੇ ਬੋਲ ਰੱਖੇ ਵੀ ਆਖਰ ਕਿਸ ਤਰੀਕੇ ਦੇ ਨਾਲ ਪੂਰੀ ਵਿਉਂਤ ਘੜੀ ਗਈ ਵੀ ਕਿਸ ਦਿਨ ਆਪਾਂ ਹਮਲਾ ਕਰਨਾ ਹੈ ਇਹ ਹਮਲੇ ਨੂੰ ਕਿਸ ਤਰੀਕੇ ਨਾਲ ਕਿੱਧਰੋਂ ਹਮਲਾ ਕੀਤਾ ਜਾਣਾ ਹੈ ਆਖਰ ਛਾਤੀ ਤਾਣ ਕੇ ਕਿਸੇ ਵਕਤ ਬਰਾੜ ਨੇ ਇਹ ਗੱਲ ਕਹੀ ਸੀ ਸੰਤ ਕੀ ਨੇ ਸਾਡੇ ਸਾਹਮਣੇ 2 ਘੰਟਿਆਂ ਦੇ ਅੰਦਰ ਸੰਤਾਂ ਦੇ ਅਸੀਂ ਗੋਡੇ ਟਿਕਾ ਦਿਆਂਗੇ ਪਰ ਉਹ ਬਰਾੜ ਨੂੰ ਇਹ ਨਹੀਂ ਸੀ ਪਤਾ ਕਿੰਨੇ ਦਿਨਾਂ ਤੱਕ ਇਹ ਤੂੰ ਜ਼ੁਲਮ ਕਰਦਾ ਰਹੇਗਾ ਸੰਤਾਂ ਨੂੰ ਝੁਕਾ ਨਹੀਂ ਸਕਦਾ 31 ਮਈ ਨੂੰ ਬਕਾਇਦਾ ਤੌਰ 'ਤੇ ਇਹ ਫਿਰ ਮੀਟਿੰਗ ਰੱਖੀ ਗਈ ਪੂਰੀ ਸਲਾਹ ਦੁਆਰਾ ਵੀ ਕਿਸ ਤਰੀਕੇ ਦੇ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕਰਨਾ ਪੂਰੀ ਵਿਉਂਤਬੰਦੀ ਪਹਿਲਾਂ ਕਰ ਲਈ ਗਈ ਆਖਰ 1 ਜੂਨ ਦਾ ਦਿਨ ਆਇਆ ਪਹਿਲਾਂ ਹੀ ਇੱਥੋਂ ਜਿਹੜੀਆਂ ਫੌਜਾਂ ਸਨ ਉਹ ਰਵਾਨਾ ਹੋ ਚੁੱਕੀਆਂ ਸਨ 70,000 ਦੇ ਕਰੀਬ ਜਿਹੜੇ ਸਨ ਉਹ ਫੌਜੀ ਪੰਜਾਬ ਦੀ ਧਰਤੀ ਉੱਤੇ ਪ੍ਰਵੇਸ਼ ਕਰ ਚੁੱਕੇ ਸਨ ਇਸ ਤੋਂ ਇਲਾਵਾ CRP ਦੇ ਜਿਹੜੇ ਜਵਾਨ ਸਨ ਉਹ ਵੀ ਇਸ ਧਰਤੀ ਦੇ ਉੱਤੇ ਉਹ ਪ੍ਰਵੇਸ਼ ਕਰ ਚੁੱਕੇ ਸਨ ਜਿਨ੍ਹਾਂ ਨੇ ਆਪਣਾ ਕੰਮ ਕਰਨਾ ਸੀ ਫਿਰ ਕੀ ਕੀਤਾ ਗਿਆ 1 ਜੂਨ ਦਾ ਦਿਨ ਆਇਆ ਹੁਣ ਇਹ ਕੁਝ ਜਾਰੀ ਹੋ ਗਿਆ ਜਿਹੜੇ ਵਿਦੇਸ਼ੀ ਪੱਤਰਕਾਰ ਸਨ ਉਹਨਾਂ ਨੂੰ ਕਹਿ ਦਿੱਤਾ ਗਿਆ ਹੁਕਮ ਕਰ ਦਿੱਤਾ ਗਿਆ ਵੀ ਤੁਸੀਂ ਪੰਜਾਬ ਦੀ ਧਰਤੀ ਨੂੰ ਛੱਡ ਕੇ ਬਾਹਰ ਚਲੇ ਜਾਓ ਪੰਜਾਬ ਦਾ ਜਿਹੜਾ ਬਾਕੀ ਦੇ ਦੇਸ਼ ਨਾਲੋਂ ਭਾਰਤ ਦੇਸ਼ ਦੇ ਨਾਲੋਂ ਕਿਸੇ ਤਰੀਕੇ ਦਾ ਵੀ ਕੋਈ ਲੈਣ ਦੇਣ ਇਹ ਕਹਿ ਲਈਏ ਕਨੈਕਸ਼ਨ ਤੋੜ ਦਿੱਤਾ ਗਿਆ ਜਿਵੇਂ ਆਪਾਂ ਇਉਂ ਕਹਿ ਲਈਏ ਯਾਤਾਯਾਤ ਦੇ ਜਿਹੜੇ ਸਾਧਨ ਸਨ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਅੰਡਰ ਇਸ ਫੌਜ ਨੇ ਲੈ ਲਿਆ ਵੀ ਕਿਸੇ ਤਰੀਕੇ ਦੇ ਨਾਲ ਯਾਤਾਯਾਤ ਦੇ ਜਿਹੜੇ ਸਾਧਨ ਨੇ ਜਾਂ ਜਿਹੜੇ ਦੂਰਦਰਸ਼ਨ ਆਦਿ ਦੇ ਜਿਹੜੇ ਸਾਧਨ ਨੇ ਉਹ ਸਾਰਿਆਂ ਨੂੰ ਇਸ ਸਰਕਾਰ ਨੇ ਜਾਂ ਫੌਜ ਨੇ ਆਪਣੇ ਅਧੀਨ ਲੈਣਾ ਕੀਤਾ ਆਪਣੇ ਕੰਟਰੋਲ ਦੇ ਅੰਦਰ ਲੈਣਾ ਕੀਤਾ ਜਿਸ ਵਕਤ 1 ਜੂਨ ਦਾ ਦਿਨ ਆਇਆ ਤੇ ਆਖਰ 1 ਜੂਨ ਨੂੰ ਇਹਨਾਂ ਨੇ
ਆ ਕੇ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਤਕਰੀਬਨ 12:30 ਵਜੇ ਹਮਲਾ ਕੀਤਾ। ਜਿਸ ਵਕਤ ਇਹ ਹਮਲਾ ਹੋਇਆ, ਕਿਉਂਕਿ ਉਸ ਵਕਤ ਸਭ ਤੋਂ ਪਹਿਲਾਂ ਜਿਹੜੇ ਸ਼ਹੀਦ ਹੋਏ ਸਨ ਉਹ ਭਾਈ ਮਹਿੰਗਾ ਸਿੰਘ ਜੀ ਬੱਬਰ, ਜੋ ਜਗਾਦਰੀ ਦੇ ਰਹਿਣ ਵਾਲੇ ਸਨ, ਉਹਨਾਂ ਨੇ ਜਿਸ ਵਕਤ ਦੇਖਿਆ ਵੀ ਗੋਲੀਆਂ ਚੱਲ ਰਹੀਆਂ ਨੇ ਅਤੇ ਗੋਲੀਆਂ ਦਾ ਜਵਾਬ ਫਿਰ ਉਹਨਾਂ ਨੇ ਬੜੇ ਤਰੀਕੇ ਦੇ ਨਾਲ ਦਿੱਤਾ, ਕਿਉਂਕਿ ਬਾਬਾ ਅਟਲ ਰਾਏ ਦੀ ਉੱਤਲੀ ਮੰਜ਼ਿਲ ਦੇ ਉੱਤੇ ਉਹ ਸੁਭਾਏਮਾਨ ਸਨ। ਪਰ ਸੰਤਾਂ ਨੇ ਆਖਰ ਉਹਨਾਂ ਨੂੰ ਕਿਹਾ ਸੀ ਅਸੀਂ ਕਿਸੇ ਦੇ ਉੱਤੇ ਪਹਿਲਾਂ ਹਮਲਾ ਕਰਨਾ ਨਹੀਂ। ਨਾਲ ਦੇ ਸਾਥੀਆਂ ਨੇ ਆਖਰ ਉਸ ਵਕਤ ਭਾਈ ਮਹਿੰਗਾ ਸਿੰਘ ਜੀ ਬੱਬਰ ਨੂੰ ਕਿਹਾ ਬਈ ਤੁਹਾਨੂੰ ਸੰਤਾਂ ਦਾ ਹੁਕਮ ਚੇਤੇ ਆ ਵੀ ਆਪਾਂ ਅਜੇ ਗੋਲੀਆਂ ਨਹੀਂ ਚਲਾਉਣੀਆਂ, ਇਸ ਤਰੀਕੇ ਨਾਲ ਸਾਡੇ ਮੋਰਚਿਆਂ ਦਾ ਪਤਾ ਲੱਗ ਜਾਏਗਾ। ਉਹ ਕਹਿਣ ਲੱਗਾ ਸੰਤਾਂ ਦਾ ਹਿਰਦਾ ਬੜਾ ਵਿਸ਼ਾਲ ਹੈ, ਮੇਰੇ ਵੱਲੋਂ ਉਹਨਾਂ ਕੋਲ ਮਾਫ਼ੀ ਮੰਗ ਲੈਣਾ। ਨਾਲ ਮੈਂ ਭਾਈ ਸੁਖਦੇਵ ਸਿੰਘ ਨੂੰ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਸੀ ਬਈ ਆਖਰ ਮੇਰੇ ਹਿੱਸੇ 3-4 ਹਜ਼ਾਰ ਦੇ ਕਰੀਬ ਜਿਹੜੇ ਨੇ ਫੌਜ ਵਾਲੇ ਉਹ ਲਿਖ ਦੇਣਾ ਵੀ ਇਹਨਾਂ ਨੂੰ ਆਖਰ ਮਾਰ ਕੇ ਮੈਂ ਸ਼ਹੀਦ ਹੋਵਾਂਗਾ। ਮੇਰੇ ਕੋਲ ਰੁਕਿਆ ਨਹੀਂ ਜਾਂਦਾ, ਮੇਰੇ ਕੋਲ ਮੇਰੇ ਗੁਰੂ ਦੀ ਬੇਅਦਬੀ ਜਿਹੜੀ ਹੈ ਬਰਦਾਸ਼ਤ ਨਹੀਂ ਹੁੰਦੀ ਅਤੇ ਅੱਗੇ ਫਿਰ ਮੈਂ ਇਸ ਗੱਲ ਦੀ ਮੇਰੇ ਕੋਲ ਮੇਰੇ ਵੱਲੋਂ ਸੰਤਾਂ ਦੇ ਕੋਲ ਮਾਫ਼ੀ ਮੰਗ ਲੈਣਾ। ਖੈਰ ਉਸ ਵਕਤ ਜਿਹੜੀ ਗੋਲਾਬਾਰੀ ਚੱਲਦੀ ਰਹੀ, ਸਰਕਾਰ ਇਸ ਵਕਤ ਫੌਜ ਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਆਖਰ ਸਾਡੇ ਵੱਲੇ ਗੋਲੀਆਂ ਕਿੱਧਰੋਂ ਆ ਰਹੀਆਂ ਨੇ, ਕਿੱਥੇ ਇਹਨਾਂ ਨੇ ਮੋਰਚਾ ਲਾਇਆ ਹੈ। ਆਖਰ ਉਸ ਵਕਤ ਜਿਸ ਵਕਤ ਕਾਫੀ ਫੌਜੀਆਂ ਨੇ ਆਖਰ ਉਸ ਵਕਤ ਮੌਤ ਦੇ ਘਾਟ ਉਤਾਰੇ ਖਤਮ ਕੀਤੇ ਗਏ, ਉਸ ਵਕਤ ਪਤਾ ਲੱਗਾ ਵੀ ਆਖਰ ਗੋਲੀਆਂ 'ਤੇ ਮਾਰਨ ਵਾਲਾ ਬਾਬਾ ਅਟਲ ਰਾਏ ਦੀ ਉੱਪਰਲੀ ਮੰਜ਼ਿਲ ਦੇ ਉੱਤੇ ਹੈ ਕੋਈ। ਆਖਰ ਫਿਰ ਉਹ ਤਾਕ ਦੇ ਅੰਦਰ ਕੁਝ ਐਸੇ ਬੋਲ ਉਹਨਾਂ ਨੇ ਮਾਰੇ ਵੀ ਆਖਰ ਆਗੇ ਬੜੇ ਚਲੋ ਨੌਜਵਾਨੋ, ਆਗੇ ਬੜੇ ਚਲੋ, ਹਮਨੇ ਇਸ ਜਗ੍ਹਾ ਕੋ ਫਤਿਹ ਕਰਨਾ ਹੈ ਥੋੜ੍ਹੀ ਹੀ ਦੇਰ ਮੇਂ, ਕੁਝ ਐਸੇ ਬੋਲੀਆਂ ਦਾ ਇਸਤੇਮਾਲ ਕੀਤਾ ਗਿਆ। ਆਖਰ ਉਸ ਵਕਤ ਜਿਹੜੇ ਪਹਿਲੇ ਸ਼ਹੀਦ ਹੋਏ ਸਨ ਇਸ ਘੱਲੂ ਘਾਰੇ ਦੇ, ਅਤੇ ਉਹ ਸ਼ਹੀਦ ਸਨ ਭਾਈ ਮਹਿੰਗਾ ਸਿੰਘ ਜੀ ਜਗਾਦਰੀ ਵਾਲੇ, ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਬਾਕੀ ਦੇ ਜਿਹੜੇ ਉੱਥੇ ਸਿੱਖ ਮੌਜੂਦ ਸਨ ਉਹਨਾਂ ਨੇ ਵੀ ਓਨੀ ਦੇਰ ਤੱਕ ਫੌਜ ਨੂੰ ਅੰਦਰ ਨਹੀਂ ਆਉਣ ਦਿੱਤਾ ਜਿੰਨੀ ਦੇਰ ਤੱਕ ਉਹ ਜਿੰਦੇ ਸਨ। ਇਹਨਾਂ ਸਾਰੇ ਸਿੱਖਾਂ ਨੇ ਆਖਰ ਸ਼ਹਾਦਤ ਦਾ ਜਾਮ ਪੀਤਾ। ਅਗਲੇ ਪਾਸੇ ਅੱਗੇ ਤੁਰ ਹੀ ਰਹੇ ਸਨ ਅਤੇ ਉੱਥੇ ਇੱਕ ਬੀਬੀ ਸੀ, ਬੀਬੀ ਉਪਕਾਰ ਕੌਰ, ਜਿਨ੍ਹਾਂ ਦਾ ਜ਼ਿਕਰ ਆਉਂਦਾ ਹੈ ਸਿੱਖ ਫੈਡਰੇਸ਼ਨ ਦੇ ਅੰਦਰ ਵੀ ਇਹ ਬੀਬੀ ਜੀ ਰਹੇ ਸਨ, ਅਤੇ ਇਸ ਕਰਕੇ ਇਹਨਾਂ ਨੂੰ ਵੀ ਪਹਿਲਾਂ ਟ੍ਰੇਨਿੰਗ ਸੰਤਾ ਵੱਲੋਂ ਜਾਂ ਜਨਰਲ ਸੁਬੇਰ ਸਿੰਘ ਜੀ ਵੱਲੋਂ ਇਹ ਟ੍ਰੇਨਿੰਗ ਦਿੱਤੀ ਗਈ ਸੀ। ਇਹ ਬੀਬੀ ਪਾਣੀ ਵਾਲੀ ਟੈਂਕੀ ਦੇ ਉੱਪਰ ਸਨ, ਇਹਨਾਂ ਨੇ ਮੋਰਚਾ ਉੱਥੇ ਫਤਿਹ ਕੀਤਾ ਹੋਇਆ ਸੀ, ਮੋਰਚਾ ਉੱਥੇ ਇਹਨਾਂ ਦਾ ਲੱਗਾ ਹੋਇਆ ਸੀ। 1000 ਦੇ ਕਰੀਬ ਇਹਨਾਂ ਨੇ ਵੀ ਗੋਲੀਆਂ ਚਲਾਈਆਂ ਅਤੇ ਦੱਖਣ ਵਾਲੇ ਪਾਸਿਓਂ, ਦੱਖਣੀ ਬਾਹੀ ਵਾਲੇ ਪਾਸਿਓਂ ਜਿਹੜੇ ਫੌਜੀ ਅੰਦਰ ਆਉਣ ਦਾ ਯਤਨ ਕਰ ਰਹੇ ਸਨ ਉਹਨਾਂ ਨੂੰ ਇਹ ਬੀਬੀ ਨੇ ਅੰਦਰ ਨਹੀਂ ਆਉਣ ਦਿੱਤਾ। ਆਖਰ ਉਸ ਵਕਤ ਫੌਜ ਨੇ ਇਹ ਗੱਲ ਸੋਚੀ ਵੀ ਅੰਦਰ ਜਾਇਆ ਤੇ ਕਿਵੇਂ ਜਾਇਆ ਜਾਏ, ਓਨੀ ਦੇਰ ਤੱਕ ਅੰਦਰ ਨਹੀਂ ਪ੍ਰਵੇਸ਼ ਕੀਤਾ ਜਾ ਸਕਦਾ ਜਿੰਨੀ ਦੇਰ ਤੱਕ ਇਹਨਾਂ ਮੋਰਚਿਆਂ ਦਾ ਸਾਨੂੰ ਨਹੀਂ ਪਤਾ ਲੱਗਦਾ। ਆਖਰ ਉਸ ਮੋਰਚੇ ਦਾ ਬਾਅਦ ਵਿੱਚ ਬਹੁਤ ਯਤਨ ਕਰਕੇ ਵੀ ਪਤਾ ਨਹੀਂ ਲੱਗਾ, ਫਿਰ ਆਖਰ ਸਮਝ ਆਈ ਵੀ ਇਹ ਪਾਣੀ ਵਾਲੀ ਟੈਂਕੀ ਦੇ ਕੋਲ ਇਹ ਗੋਲੀਆਂ ਆ ਰਹੀਆਂ ਨੇ। ਆਖਰ ਉਹ ਪਾਣੀ ਵਾਲੀ ਟੈਂਕੀ ਨੂੰ ਬੰਬ ਦੇ ਨਾਲ ਉਡਾ ਦਿੱਤਾ ਗਿਆ, ਇਸ ਤਰੀਕੇ ਨਾਲ ਇਸ ਬੀਬੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। 12:30 ਵਜੇ ਤੋਂ ਲੈ ਕੇ ਰਾਤ 8:30 ਵਜੇ ਤੱਕ 8 ਘੰਟੇ ਲਗਾਤਾਰ ਗੋਲਾਬਾਰੀ ਚੱਲਦੀ ਰਹੀ। 36 ਜਿਹੜੀਆਂ ਗੋਲੀਆਂ ਸਨ ਉਹ ਸ਼੍ਰੀ ਹਰਿਮੰਦਰ ਸਾਹਿਬ ਦੀ ਧਰਤੀ ਉੱਤੇ, ਉਹ ਕਹਿ ਲਈਏ ਜਿਹੜਾ ਕਲਸ ਲੱਗਾ ਹੈ ਉਹਦੇ ਉੱਤੇ ਜਾ ਕੇ ਲਗਾਤਾਰ ਵੱਜੀਆਂ ਅਤੇ ਇੱਕ ਉਹਦੇ ਵਿੱਚ ਵੀ ਸੁਰਾਖ ਹੋ ਗਿਆ ਸੀ। ਇਸ ਤੋਂ ਇਲਾਵਾ ਆਪਣਾ ਅਗਲਾ ਦਿਨ ਆਪਾਂ ਦੇਖਦੇ ਹਾਂ, 2 ਜੂਨ ਦਾ ਦਿਨ ਆਇਆ। 2 ਜੂਨ ਦੇ ਅੰਦਰ ਕਰਫਿਊ ਜਾਰੀ ਕਰ ਦਿੱਤਾ ਗਿਆ ਅਤੇ ਇਸ ਤਰੀਕੇ ਦੇ ਨਾਲ ਸੀ ਬਈ 9 ਵਜੇ ਤੋਂ ਲੈ ਕੇ 11 ਵਜੇ ਤੱਕ ਜਿਹੜਾ ਸੀ ਉਹ ਢਿੱਲ ਦਿੱਤੀ ਗਈ ਸੀ ਇਹਦੇ ਵਿੱਚ। ਉਹ ਢਿੱਲ ਵੀ ਬੜੀ ਵਿਉਂਤਬੰਦੀ ਦੇ ਨਾਲ ਦਿੱਤੀ ਗਈ ਸੀ। ਮੈਨੂੰ ਉਹ ਇਤਿਹਾਸ ਚੇਤੇ ਆਉਂਦਾ ਹੈ, ਤੁਸੀਂ ਇੱਕ ਵਾਰ ਇਤਿਹਾਸ ਨੂੰ ਦੁਹਰਾਓ, ਜਿਹੜਾ 13 ਜੁਲਾਈ ਤੋਂ ਲੈ ਕੇ 16 ਜੁਲਾਈ ਤੱਕ ਦਾ 1999 ਦਾ ਜਿਹੜਾ ਇਤਿਹਾਸ ਹੈ, ਕਾਰਗਿਲ ਦੇ ਅੰਦਰ ਜੋ ਘੁਸਪੈਠੀਏ ਘੁਸ ਗਏ ਸਨ ਉਹਨਾਂ ਨੂੰ 4 ਦਿਨਾਂ ਦੀ ਮੁਹਲਤ ਦਿੱਤੀ ਗਈ ਸੀ, 13 ਜੁਲਾਈ ਤੋਂ ਲੈ ਕੇ 16 ਜੁਲਾਈ 1999 ਤੱਕ। ਬਈ ਉਹਨਾਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਆਪਣੇ ਹਥਿਆਰਾਂ ਸਮੇਤ ਇਸ ਸਥਾਨ ਤੋਂ ਬਿਲਕੁਲ ਤਰੀਕੇ ਦੇ ਨਾਲ ਕੋਈ ਤੁਹਾਡੇ ਉੱਤੇ ਅਸੀਂ ਗੋਲੀ ਨਹੀਂ ਚਲਾਵਾਂਗੇ, 4 ਦਿਨਾਂ ਦੀ ਤੁਹਾਡੇ ਕੋਲ ਮੁਹਲਤ ਹੈ, 4 ਦਿਨਾਂ ਦੇ ਅੰਦਰ ਤੁਸੀਂ ਵਾਪਸ ਹਥਿਆਰਾਂ ਸਮੇਤ ਜਾ ਸਕਦੇ ਹੋ। ਪਰ ਦੁੱਖ ਦੀ ਗੱਲ ਇਹ, ਇੱਥੇ ਜਿਹੜਾ ਹੁਣ ਜਿਹੜੀ ਵਿਉਂਤਬੰਦੀ ਕੀਤੀ ਗਈ ਸੀ, ਨਾ ਗੋਲੀ ਚਲਾਉਣ ਲੱਗਿਆ ਨਾਲ ਕਿਸੇ ਨੂੰ ਆਗਾਹ ਕੀਤਾ ਗਿਆ, ਇੱਥੋਂ ਤੱਕ ਜਿਹੜਾ 2 ਜੂਨ ਦਾ ਦਿਨ ਸੀ
ਉਸ ਵਿੱਚ ਵੀ ਇਹ ਵਿਉਂਤਬੰਦੀ ਰੱਖੀ ਗਈ ਸਿੱਖ ਸੰਗਤਾਂ ਅੰਦਰ ਤੇ ਆ ਸਕਦੀਆਂ ਨੇ ਪਰ ਜਿਹੜੀਆਂ ਇੱਕ ਵਾਰ ਅੰਦਰ ਆ ਗਈਆਂ ਉਹ ਬਾਹਰ ਜਾ ਨਹੀਂ ਸਕਦੀਆਂ ਇਸ ਤਰੀਕੇ ਦੇ ਨਾਲ ਪੂਰੀ ਵਿਉਂਤ ਕਰਕੇ ਇੱਥੋਂ ਤੱਕ ਕਿ ਗੋਲਾਬਾਰੀ ਜਿਹੜੀ ਜਾਰੀ ਰੱਖੀ ਸੀ ਉਹ ਸਿੱਖਾਂ ਨੂੰ ਉਹਨਾਂ ਦੇ ਮੋਰਚੇ ਕਿਸੇ ਤਰੀਕੇ ਨਾਲ ਸਾਨੂੰ ਪਤਾ ਲੱਗ ਜਾਣ ਪਰ ਅਜੇ ਤੱਕ ਬਹੁਤੇ ਮੋਰਚਿਆਂ ਦਾ ਇਹਨਾਂ ਨੂੰ ਪਤਾ ਨਾ ਲੱਗਾ 3 ਜੂਨ ਦਾ ਦਿਨ ਆਇਆ ਇਹ ਉਹ ਦਿਨ ਸੀ ਜਿਸ ਦਿਨ ਗੁਰੂ ਅਰਜਨ ਸਾਹਿਬ ਸਤਿਗੁਰੂ ਦਾਤੇ ਦੀ ਸ਼ਹਾਦਤ ਦਾ ਦਿਨ ਸੀ ਵੈਸੇ ਆਪਾਂ ਦੇਖੀਏ ਜੇ ਗੁਰੂ ਅਰਜਨ ਸਾਹਿਬ ਦਾਤੇ ਦੀ ਸ਼ਹਾਦਤ ਦੇ ਵਿੱਚ ਤੇ ਸਿੱਖ ਜਿਹੜੇ ਨੇ ਉਹ ਦੂਸਰਿਆਂ ਨੂੰ ਪਾਣੀ ਪਿਲਾਉਂਦੇ ਨੇ ਛਬੀਲਾ ਲਾਉਂਦੇ ਨੇ ਪਰ ਇਹ ਦਿਨ ਕਿਉਂ ਚੁਣਿਆ ਗਿਆ ਜੇ ਹਮਲਾ ਹੀ ਕਰਨਾ ਸੀ ਚਲੋ ਮੰਨ ਲਓ ਜੇ ਇੱਕ ਹਮਲਾ ਕਰਨਾ ਸੀ ਤੇ ਸੰਤਾਂ ਨੂੰ ਫੜਨਾ ਸੀ ਜਾਂ ਸੰਤਾਂ ਦੇ ਉੱਤੇ ਉਹਨਾਂ ਨੇ ਗੋਲਾਬਾਰੀ ਕਰਨੀ ਸੀ ਤੇ ਆਖਰ ਉਹ ਕੋਈ ਹੋਰ ਵੀ ਦਿਨ ਚੁਣਿਆ ਜਾ ਸਕਦਾ ਸੀ ਪਰ ਇਹ ਨਸਲ ਖੁਸ਼ੀ ਸੀ ਸਾਡੀ ਇਉਂ ਕਹਿ ਲਈਏ ਵੀ ਸਾਡਾ ਬੀਜ ਖਤਮ ਦਾ ਕਰਨ ਦਾ ਇਹ ਯਤਨ ਸੀ ਇਸ ਕਰਕੇ ਸਿੱਖ ਸੰਗਤਾਂ ਅੰਦਰ ਤੇ ਆ ਸਕਦੀਆਂ ਨੇ ਪਰ ਉਹਨਾਂ ਨੂੰ ਬਾਹਰ ਜਾਣ ਦੀ ਕਿਸੇ ਤਰੀਕੇ ਦੀ ਕੋਈ ਇਜਾਜ਼ਤ ਨਹੀਂ ਇੰਨਾ ਤਸ਼ੱਦਦ ਕੀਤਾ ਗਿਆ ਜਿਹੜਾ 3 ਜੂਨ ਦਾ ਦਿਨ ਸੀ ਜਿਹੜੇ ਤਮਾਮ ਜਿਨ੍ਹਾਂ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਸਤਿਗੁਰੂ ਦਾਤਾ ਜੀ ਉਹਨਾਂ ਦਾ ਨਿਵਾਸ ਸਥਾਨ ਗੁਰੂ ਰਾਮਦਾਸ ਨਿਵਾਸ ਸਥਾਨ ਬਾਬਾ ਤੇਜਾ ਸਿੰਘ ਸੁੰਦਰੀ ਹਾਲ ਉਹਨਾਂ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਨੇ ਉਹਨਾਂ ਨੂੰ ਹੁਣ ਡੱਕ ਦਿੱਤਾ ਗਿਆ ਇੱਥੋਂ ਤੱਕ ਕਿ ਪਾਣੀ ਤੱਕ ਉਹਨਾਂ ਨੂੰ ਉੱਥੇ ਜਿਹੜੀ ਬਿਜਲੀ ਸੀ ਉਹ ਕੱਟ ਦਿੱਤੀ ਗਈ ਪਾਣੀ ਦੀਆਂ ਟੈਂਕੀਆਂ ਸਨ ਉਹ ਤੋੜ ਦਿੱਤੀਆਂ ਗਈਆਂ ਪਾਣੀ ਦੇ ਨਾਲ ਜਿਹੜੀਆਂ ਸਿੱਖ ਸੰਗਤਾਂ ਸਨ ਉਹ ਤੜਫ ਤੜਫ ਕੇ ਇਉਂ ਕਹਿ ਰਹੀਆਂ ਸਨ ਪਾਣੀ ਚਾਹੀਦਾ ਹੈ ਆਖਰ ਜਿਹੜੇ ਪਾਣੀ ਮੰਗਦੇ ਸਨ ਉਹੀ ਭਾਰਤ ਦੇਸ਼ ਦੇ ਇਹ ਫੌਜੀ ਲੋਕ ਸਨ ਜਿਹੜੇ ਉਸ ਵਕਤ ਇਹ ਗੱਲ ਕਹਿੰਦੇ ਸਨ ਅਬ ਪਹਿਲੇ ਤੋਂ ਕਹਿਤੇ ਤੇ ਹਰਿਆਣੇ ਕੋ ਪਾਣੀ ਨਹੀਂ ਦੇਣਾ ਅਬ ਕਹਿਤੇ ਹੋ ਪਾਣੀ ਚਾਹੀਏ ਆਪਣੇ ਗੁਰੂ ਗੋਬਿੰਦ ਸਿੰਘ ਕੋ ਕਹੋ ਨਾ ਅਬ ਪਾਣੀ ਦੇ ਤੇ ਜਦੋਂ ਵਿਚਾਰੇ ਸਿੱਖ ਸੰਗਤਾਂ ਕੁਝ ਕਹਿੰਦੀਆਂ ਉਹਨਾਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਜਾਂਦਾ ਜੇ ਕਮਰੇ ਦੇ ਵਿੱਚ ਕੋਈ ਪਾਣੀ ਮੰਗਦਾ ਉਹਨਾਂ ਨੂੰ ਕਹਿੰਦਾ ਬਾਹਰ ਆਓ ਤੁਹਾਨੂੰ ਪਾਣੀ ਮਿਲ ਜਾਏਗਾ ਬਾਹਰ ਆਇਆ ਉਹਨਾਂ ਦਾ ਸਵਾਗਤ ਗੋਲੀਆਂ ਦੇ ਨਾਲ ਕੀਤਾ ਜਾਂਦਾ ਜੇਕਰ ਕੋਈ ਬੱਚਾ ਉਸ ਵਕਤ ਰੋਂਦਾ ਕਰਲਾਉਂਦਾ ਕਿਉਂਕਿ ਪਾਣੀ ਤੇ ਇੱਕ ਐਸਾ ਹੈ ਬਾਣੀ ਨੇ ਮਹਾਰਾਜ ਨੇ ਬਚਨ ਕੀਤੇ ਨੇ ਪਹਿਲਾਂ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਏ ਆਖਰ ਇਹ ਤੇ ਪਹਿਲਾਂ ਜੀ ਤਾਂ ਪਾਣੀ ਹੈ ਪਾਣੀ ਤੋਂ ਬਿਨਾਂ ਨਹੀਂ ਗੁਜ਼ਾਰਾ ਹੋ ਸਕਦਾ ਰੋਟੀ ਤੋਂ ਬਿਨਾਂ ਤੇ ਕੁਝ ਸਮੇਂ ਤੱਕ ਕੱਟਿਆ ਜਾ ਸਕਦਾ ਹੈ ਜੇ ਕਿਸੇ ਬੱਚੇ ਨੇ ਪਾਣੀ ਮੰਗਣਾ ਤੇ ਕਿਸੇ ਬੀਬੀ ਨੇ ਆਖਰ ਫੌਜੀਆਂ ਨੂੰ ਕਹਿਣਾ ਵੀਰ ਜੀ ਤੁਸੀਂ ਪਾਣੀ ਦੇ ਦਿਓ ਤੇ ਅੱਗੋਂ ਕਹਿੰਦੇ ਵੀ ਆਖਰ ਇਹ ਬੱਚਾ ਹੀ ਸਾਨੂੰ ਦਿਓ ਇਹਨਾਂ ਨੂੰ ਹੀ ਖਤਮ ਕਰਦੇ ਹਾਂ ਨਾ ਇਹ ਰਹੇਗਾ ਤੇ ਨਾ ਇਹਨਾਂ ਨੂੰ ਪਾਣੀ ਪਿਲਾਉਣ ਦੀ ਕੋਈ ਜ਼ਰੂਰਤ ਰਹੇਗੀ 4 ਜੂਨ ਦਾ ਦਿਨ ਆਇਆ 4 ਜੂਨ ਦੇ ਦਿਨ ਦੇ ਅੰਦਰ ਇਹ ਕੁਝ ਵਾਪਰਿਆ ਜਿਹੜੀਆਂ ਉਸ ਵਕਤ ਫੌਜ ਸੀ ਉਹਨਾਂ ਨੇ ਹੁਣ ਪੂਰਾ ਤਰੀਕੇ ਦੇ ਨਾਲ ਜਿਹੜਾ ਗੁਰੂ ਨਾਨਕ ਨਿਵਾਸ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਦਾਤੇ ਦਾ ਜਿਹੜਾ ਨਿਵਾਸ ਜਿਹਦੇ ਤੇਜਾ ਸਿੰਘ ਸੁੰਦਰ ਹਾਲ ਇਹਨਾਂ ਦੇ ਉੱਤੇ ਵੀ ਆਪਣੇ ਪੂਰਾ ਕਾਬਜ਼ ਹੋ ਗਏ ਸਨ ਤੇ ਇੱਥੋਂ ਤੱਕ ਕਿ ਜਦੋਂ ਕੋਈ ਵਾਹ ਨਹੀਂ ਸੀ ਚੱਲਦੀ ਉਹਨਾਂ ਨੇ 20 ਗੋਤਾਖੋਰ ਮੰਗਾਏ ਆਖਰ ਬਰਾੜ ਨੇ ਉਸ ਵਕਤ 20 ਗੋਤਾਖੋਰ ਮੰਗਾਏ ਸਨ ਤਾਂ ਕਿ ਗੋਤਾ ਸਰੋਵਰ ਦੇ ਰਾਹੀਂ ਅਕਾਲ ਤਖਤ ਸਾਹਿਬ ਦੇ ਉੱਤੇ ਜਾਇਆ ਜਾ ਸਕੇ ਪਰ ਆਖਰ ਸਿੱਖ ਜਰਨੈਲ ਜਿਨ੍ਹਾਂ ਨੇ ਗੁਰੂ ਚਰਨਾਂ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਸਤਿਗੁਰੂ ਦਾਤੇ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਪਣੇ ਸਾਥੀਆਂ ਸਮੇਤ ਜਿਸ ਵਕਤ ਹੁਕਮਨਾਮਾ ਲਿਆ ਸੀ ਤੇ ਹੁਕਮਨਾਮਾ ਸਤਿਗੁਰੂ ਦਾਤੇ ਨੇ ਇਹ ਬਖਸ਼ਿਸ਼ ਕੀਤਾ ਸੀ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਵੇ ਚਾਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਧਿਆਈ ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਪੀ ਤੁਝੈ ਧਿਆਈ ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਮਾਨੋ ਗੁਰੂ ਨੇ ਹੁਕਮ ਦਿੱਤਾ ਹੋਵੇ ਧੰਨ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਦਾਤੇ ਨੇ ਜਿਸ ਵਕਤ ਅਰਦਾਸ ਕੀਤੀ ਦਾਤਾ ਜੀ ਸਾਡੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏ ਜਿਹੜੇ ਤੇਰੇ ਅਸਥਾਨ ਦੇ ਉੱਤੇ ਲੋਕ ਆਏ ਨੇ ਇਹਨਾਂ ਨੂੰ ਸਬਕ ਸਿਖਾ ਦਈਏ ਜਿੰਨੀ ਦੇਰ ਤੱਕ ਸਾਡੇ ਸਰੀਰ ਦੇ ਅੰਦਰ ਪ੍ਰਾਣ ਨੇ ਓਨੀ ਦੇਰ ਤੱਕ ਅਸੀਂ ਇਹਨਾਂ ਦਾ ਮੁਕਾਬਲਾ ਕਰ ਸਕੀਏ ਆਖਰ ਉਸ ਵਕਤ ਸਿੱਖ ਬੱਬਰਾਂ ਨੇ ਜਿਹੜੇ ਲੋਕ ਸਰੋਵਰ ਦੇ ਰਾਹੀਂ ਗੋਤਾਖੋਰ ਆ ਰਹੇ ਸਨ ਉਹਨਾਂ 20 ਦੇ 20 ਨੂੰ ਭੁੰਨ ਕੇ ਇੱਕ ਪਾਸੇ ਸੁੱਟ ਦਿੱਤਾ ਉਸ ਤੋਂ ਬਾਅਦ ਵਿਉਂਤਬੰਦੀ ਇਹ ਕੀਤੀ ਗਈ ਆਖਰ ਬੁਲਟ ਬਰੋਡ ਜੈਕਟਾਂ ਜਿਹੜੇ ਪਾ ਕੇ ਆਏ ਸਨ ਵੀ ਕਿਸੇ ਤਰੀਕੇ ਦੇ ਨਾਲ ਸਾਡੇ ਉੱਤੇ ਗੋਲੀ ਨਾਲ ਚੱਲ ਸਕੇ 60 ਸਾਥੀ ਸਨ ਜਿਹੜੇ ਉਹਨਾਂ ਵਿੱਚੋਂ 59 ਉਹ ਵੀ ਮਾਰ ਦਿੱਤੇ ਗਏ ਇੱਧਰੋਂ ਜਿਸ ਵਕਤ ਬਰਾੜ ਇਹ ਦੇਖ ਰਿਹਾ ਸੀ ਵੀ ਕਿਸੇ ਤਰੀਕੇ ਦੇ ਨਾਲ ਵੀ ਯਤਨ ਕਰਦਿਆਂ ਹੋਇਆਂ ਵੀ ਜਿਹੜਾ ਮੈਂ ਵਾਅਦਾ ਕੀਤਾ ਸੀ ਵੀ 2 ਘੰਟਿਆਂ ਦੇ ਅੰਦਰ ਆਖਰ ਮੈਂ ਸਭ ਕੁਝ ਸੰਤਾਂ ਨੂੰ ਝੁਕਾ ਦਿਆਂਗਾ ਇੱਥੇ ਤੇ
ਪਾਸਾ ਹੀ ਉਲਟ ਹੋ ਚੁੱਕਿਆ ਹੈ, ਕੀ ਕੁਝ ਵਾਪਰ ਰਿਹਾ ਹੈ। ਆਖਰ ਉਹਨੇ ਉਸ ਵਕਤ ਜਿਹੜੇ ਤਮਾਮ ਕਮਰੇ ਸਨ ਉਹਨਾਂ ਕਮਰਿਆਂ ਦੇ ਅੰਦਰ ਇੱਥੋਂ ਤੱਕ ਕਿ ਬੰਬ ਸੱਟਣੇ ਆਰੰਭ ਕਰ ਦਿੱਤੇ, ਇੱਥੋਂ ਤੱਕ ਜਿਹੜੇ ਨਜ਼ਾਇਜ਼ ਇਹ ਕਹਿ ਲਈਏ ਵੀ ਜਿਹੜੇ ਨਿਹੱਥੇ ਜਾਂ ਮਾਸੂਮ ਬੱਚੇ ਸਨ ਜਾਂ ਉਸ ਵਕਤ ਔਰਤਾਂ ਸਨ, ਜਿਹੜੀ ਸਿੱਖ ਸੰਗਤ ਆਪਾਂ ਦੂਸਰੇ ਸ਼ਬਦਾਂ ਦੇ ਵਿੱਚ ਇਹ ਕਹਿ ਲਈਏ ਜਿਹੜੀ ਸਿੱਖ ਸੰਗਤ ਧੰਨ ਗੁਰੂ ਅਰਜਨ ਸਾਹਿਬ ਸਤਿਗੁਰੂ ਦਾਤੇ ਦਾ ਸ਼ਹਾਦਤ ਵਾਲਾ ਦਿਨ ਮਨਾਉਣ ਵਾਸਤੇ ਆਏ ਸਨ ਉਹਨਾਂ ਤਮਾਮ ਜਣਿਆਂ ਨੂੰ ਸ਼ਹੀਦ ਕੀਤਾ ਗਿਆ। ਨਾ ਕੋਈ ਔਰਤ ਦੇਖੀ ਗਈ, ਨਾ ਕੋਈ ਬੱਚਾ ਦੇਖਿਆ ਗਿਆ ਅਤੇ ਨਾ ਕੋਈ ਬਜ਼ੁਰਗ ਦੇਖਿਆ ਗਿਆ। ਇਸ ਤਰੀਕੇ ਦੇ ਤਸ਼ੱਦਦ ਕੀਤੇ ਗਏ। 5 ਜੂਨ ਦਾ ਦਿਨ ਆਇਆ ਜਿਸ ਦਿਨ ਆਖਰ ਇਹਨੇ ਦੇਖਿਆ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਗੋਲਾਬਾਰੀ ਚੱਲਦੀ ਰਹੀ, ਸ਼ਾਮਾਂ ਤੱਕ ਆਖਰ ਹਰ ਇੱਕ ਹਥਿਆਰ ਵਰਤਿਆ ਗਿਆ। ਇੱਥੋਂ ਤੱਕ ਕਿਸੇ ਫੌਜੀ ਨੇ ਇਹ ਵੀ ਗੱਲ ਕਹੀ ਸੀ ਵੀ ਆਖਰ ਜਿੰਨੇ ਇੱਥੇ ਹਥਿਆਰ ਵਰਤੇ ਗਏ ਨੇ ਉਹਨੇ ਤੇ ਪਾਕਿਸਤਾਨ ਅਤੇ ਚੀਨ ਦੇ ਯੁੱਧ ਦੇ ਅੰਦਰ ਵੀ ਅਸੀਂ ਹਥਿਆਰ ਨਹੀਂ ਵਰਤੇ, ਜੋ ਕੁਝ ਇੱਥੇ ਹਥਿਆਰ ਅਸੀਂ ਵਰਤੇ ਨੇ। ਮੈਂ ਇਸ ਨੂੰ ਥੋੜ੍ਹਾ ਜਿਹਾ ਸੰਖੇਪ ਕਰਕੇ ਸਮੇਂ ਮੁਤਾਬਕ ਇੱਥੇ ਅੱਗੇ ਸੰਤਾਂ ਦੀ ਸ਼ਹਾਦਤ ਦੇ ਬਾਬਤ ਜ਼ਿਕਰ ਕਰਦੇ ਹਾਂ, ਕਿਉਂਕਿ 5 ਜੂਨ ਦਾ ਦਿਨ ਉਹ ਸੀ ਜਿਸ ਦਿਨ ਆਖਰ ਇਹਨੂੰ ਇਉਂ ਪ੍ਰਤੀਤ ਹੋਇਆ ਬਰਾੜ ਨੂੰ ਕੇ ਐਸ ਬਰਾੜ ਨੂੰ ਬਈ ਆਖਰ ਕੱਲ੍ਹ ਨੂੰ ਸਾਰੀ ਦੁਨੀਆ ਦੇ ਸਾਹਮਣੇ ਮੇਰੀ ਪੋਲ ਖੁੱਲ੍ਹ ਜਾਏਗੀ, ਆਖਰ ਕੀ ਕੀਤਾ ਜਾਏ। ਫਿਰ ਉਸ ਤੋਂ ਬਾਅਦ ਟੈਂਕ ਮੰਗਾਉਣੇ ਆਰੰਭ ਕਰ ਦਿੱਤੇ, ਟੈਂਕ ਆਏ। ਜਿਸ ਵਕਤ ਰਾਤ ਨੂੰ ਟੈਂਕ ਪਹੁੰਚੇ 10:30 ਵਜੇ ਦੇ ਕਰੀਬ ਟੈਂਕ ਆਏ ਅਤੇ ਉਹਨਾਂ ਨੇ ਲਗਾਤਾਰ ਆਣ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਗੋਲਾਬਾਰੀ ਕਰਨੀ ਆਰੰਭ ਕਰ ਦਿੱਤੀ, ਹਵਾਈ ਜਿਹੜੇ ਫਾਇਰ ਸਨ ਉਹ ਵੀ ਕਰਨੇ ਆਰੰਭ ਕਰ ਦਿੱਤੇ ਜਹਾਜ਼ਾਂ ਦੁਆਰਾ। ਇੱਥੋਂ ਤੱਕ ਉਹ ਦੁੱਖ ਦਾ ਸਮਾਂ ਇਹ ਵਾਪਰਿਆ ਜਿਹੜੇ ਲਗਾਤਾਰ ਇਹ ਬੰਬ ਸੁੱਟੇ ਜਾ ਰਹੇ ਸਨ। ਇੱਕ ਭੁਜੰਗੀ 14 ਸਾਲ ਦਾ ਸੀ ਜਿਹੜਾ ਉਸ ਵਕਤ ਸੰਤਾਂ ਦੇ ਕੋਲ ਆਇਆ ਅਤੇ ਉਹਨਾਂ ਨੇ ਆਣ ਕੇ ਕਿਹਾ ਸੰਤ ਜੀ ਮੈਨੂੰ ਇਜਾਜ਼ਤ ਦਿਓ ਅਤੇ ਆਪ ਕਿਰਪਾ ਕਰੋ ਮੈਂ ਇਸ ਟੈਂਕ ਦਾ ਮੁਕਾਬਲਾ ਅੱਗੇ ਜਾ ਕੇ ਕਰਾਂ। ਉਹਨਾਂ ਸੰਤਾਂ ਨੇ ਪੁੱਛਿਆ ਸੀ ਵੀ ਤੁਸੀਂ ਕਿਵੇਂ ਮੁਕਾਬਲਾ ਕਰੋਗੇ ਅਤੇ ਆਖਰ ਉਹ ਗੁਰੂ ਕਲਗੀਧਰ ਪਾਤਸ਼ਾਹ ਦਾਤੇ ਦਾ ਉਹ ਸਮਾਂ ਚੇਤੇ ਆਉਂਦਾ ਹੈ। ਉਦੋਂ ਵੀ 40 ਭੁੱਖੇ ਭਾਣੇ ਸਿੱਖ ਨੇ ਜਿਹੜੇ ਚਮਕੌਰ ਦੀ ਗੜੀ ਦੇ ਅੰਦਰ ਨੇ ਅਤੇ ਅੱਜ ਵੀ 40 ਦੇ ਕਰੀਬ ਹੀ ਸਿੱਖ ਨੇ ਜਿਹੜੇ ਇਸ ਥਾਂ ਦੇ ਉੱਤੇ ਪੂਰੇ ਭਾਰਤ ਦੇਸ਼ ਦੀ ਸਰਕਾਰ ਦੁਆਰਾ ਇੱਥੋਂ ਦੀ ਫੌਜ ਦੇ ਦੁਆਰਾ ਇਹਨਾਂ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਦੋਂ ਬਾਬਾ ਜੁਝਾਰ ਸਿੰਘ ਸਤਿਗੁਰੂ ਦਾਤੇ ਦੇ ਕੋਲ ਆਏ ਸਨ ਅਤੇ ਜਿਨ੍ਹਾਂ ਨੇ ਕਿਹਾ ਸੀ ਮਹਾਰਾਜ ਮੈਨੂੰ ਜਾਣ ਦੀ ਇਜਾਜ਼ਤ ਦਿਓ ਅਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਉਸ ਵਕਤ ਬਚਨ ਕੀਤੇ ਸਨ ਕੌਮ ਦੇ ਉੱਤੇ ਜਦੋਂ ਜਦੋਂ ਬਿਪਤਾ ਪੈਗੀ ਉਸ ਵਕਤ ਤੇਰੀ ਉਮਰ ਦੇ ਜਿਹੜੇ ਨੌਜਵਾਨ ਨੇ ਉਹ ਨਿੱਤਰ ਕੇ ਸਾਹਮਣੇ ਆਣਗੇ। ਅੱਜ 14 ਸਾਲ ਦਾ ਇਹ ਮਾਸੂਮ ਜਰਨੈਲ ਸੰਤਾਂ ਦੇ ਸਾਹਮਣੇ ਆਇਆ ਮੈਨੂੰ ਜਾਣ ਦੀ ਇਜਾਜ਼ਤ ਦਿਓ ਮੈਂ ਇਸ ਟੈਂਕ ਦੇ ਨਾਲ ਮੁਕਾਬਲਾ ਕਰਨਾ। ਸੰਤਾਂ ਨੇ ਪੁੱਛਿਆ ਤੁਸੀਂ ਮੁਕਾਬਲਾ ਕਿਵੇਂ ਕਰੋਗੇ। ਆਪਣੇ ਸਰੀਰ ਦੇ ਉੱਤੇ ਬਰੂਦ ਬੰਨ੍ਹ ਕੇ ਇਸਨੇ ਟੈਂਕ ਦੇ ਅੰਦਰ ਛਾਲ ਮਾਰੀ, ਆਪ ਵੀ ਉਹ ਤੁੰਬਾ ਤੁੰਬਾ ਕਰਕੇ ਉੱਡ ਗਿਆ ਪਰ ਉਸਨੇ ਇਸ ਟੈਂਕ ਨੂੰ ਉਡਾ ਦਿੱਤਾ। ਬਰਾੜ ਹੋਰ ਤੜਫ ਗਿਆ। ਇੱਕ ਪਾਸੇ ਬਾਬਾ ਦੀਪ ਸਿੰਘ ਵੱਲੋਂ ਉਹ ਲਗਾਤਾਰ ਜਿਹੜੇ ਗੋਲਾਬਾਰੀ ਹੋ ਰਹੀ ਸੀ। ਖੈਰ ਆਖਰ 6 ਜੂਨ ਦਾ ਦਿਨ ਆਇਆ ਜਿਸ ਦਿਨ ਮੈਂ ਉਸ ਦਾ ਜ਼ਿਕਰ ਕਰਦੇ ਹਾਂ ਜਿਸ ਦਿਨ ਸਿੱਖਾਂ ਦੇ ਕੋਲ ਹਥਿਆਰ ਜਿਹੜੇ ਸਨ ਉਹ ਖਤਮ ਹੋ ਚੁੱਕੇ ਸਨ। ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਉਦੋਂ ਇੱਕ ਗੱਲ ਕਹੀ ਸੀ, ਭਾਈ ਸੁਖਦੇਵ ਸਿੰਘ ਦੇ ਕੋਲ ਇੱਕ ਸਿੱਖ ਭੇਜਿਆ, ਕਹਿਣ ਲੱਗੇ ਇਹ ਮੋਰਚਾ ਮੇਰੇ ਤੋਂ ਬਾਅਦ ਵੀ ਜਾਰੀ ਰਹੇ, ਤੁਸੀਂ ਇਸ ਮੋਰਚੇ ਦੇ ਵਿੱਚੋਂ ਚਲੇ ਜਾਓ। ਆਖਰ ਉਸ ਵਕਤ ਉਹਨਾਂ ਨੇ ਇਨਕਾਰ ਕਰ ਦਿੱਤਾ। ਬਾਅਦ ਵਿੱਚ ਫਿਰ ਸੰਤਾਂ ਨੇ ਭੇਜਿਆ। ਆਖਰ ਫਿਰ ਮਜਬੂਰੀ ਵੱਸ ਹੋ ਕੇ ਜਦੋਂ ਬਾਰ ਬਾਰ ਸੰਤਾਂ ਨੇ ਕਿਹਾ, ਭਾਈ ਸੁਖਦੇਵ ਸਿੰਘ ਆਪਣੇ ਕੁਝ ਸਾਥੀਆਂ ਦੇ ਨਾਲ ਉਸ ਵਕਤ ਬਾਹਰ ਜ਼ਰੂਰ ਗਿਆ ਸੀ। ਪਰ ਜਿਸ ਵਕਤ ਆਪਾਂ ਅਗਲੇਰਾ ਇਤਿਹਾਸ ਪੜ੍ਹਦੇ ਹਾਂ, ਭਾਈ ਅਮਰੀਕ ਸਿੰਘ ਹੁਣ ਸੰਤਾਂ ਦੇ ਕੋਲ ਆਇਆ ਅਤੇ ਆਣ ਕੇ ਕਹਿਣ ਲੱਗਾ, ਸੰਤ ਜੀ ਸਾਡੇ ਕੋਲ ਬਰੂਦ ਖਤਮ ਹੋ ਗਿਆ ਹੈ, ਅਸਲਾ ਖਤਮ ਹੋ ਗਿਆ ਹੈ, ਕਿਉਂਕਿ ਹਕੂਮਤ ਦੇ ਕੋਲੋਂ ਜਿਹੜੇ ਟੈਂਕ ਸਨ ਉਸ ਦੇ ਮੁਕਾਬਲੇ ਦੇ ਵਿੱਚ ਸੀਮਿਤ ਅਸਲਾ ਸੀ ਜਿਹੜਾ ਸਿੱਖਾਂ ਦੇ ਕੋਲ ਸੀ। ਖੈਰ ਉਸ ਵਕਤ ਭਾਈ ਅਮਰੀਕ ਸਿੰਘ ਨੇ ਇਹ ਗੱਲ ਕਹੀ, ਸੰਤ ਜੀ ਹੁਣ ਆਪਾਂ ਬਾਹਰ ਜਾ ਕੇ ਦੁਸ਼ਮਣ ਦੇ ਨਾਲ ਜੰਗ ਕਰਨਾ ਚਾਹੁੰਦੇ ਹਾਂ ਅਤੇ ਸ਼ਹਾਦਤ ਦਾ ਜਾਮ ਪੀਣਾ ਚਾਹੁੰਦੇ ਹਾਂ। ਇਹ ਫੈਸਲਾ ਹੋਇਆ। ਭਾਈ ਅਮਰੀਕ ਸਿੰਘ ਜੀ ਬਾਹਰ ਆਏ ਨੇ, ਸ਼ਹਾਦਤ ਦਾ ਜਾਮ ਉਹਨਾਂ ਨੇ ਪੀਤਾ। ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜਿਨ੍ਹਾਂ ਦੇ ਸੱਜੇ ਪਾਸੇ 2 ਗੋਲੀਆਂ ਲੱਗੀਆਂ, 1 ਗੋਲੀ ਉਹਨਾਂ ਦੀ ਪਿੱਠ ਦੇ ਉੱਤੇ ਵੀ ਲੱਗੀ। ਸੰਤ ਜੀ ਉੱਠੇ, ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਪਹਿਲਾਂ ਨਮਸਕਾਰ ਕੀਤੀ, ਅਕਾਲ ਤਖਤ ਸਾਹਿਬ ਨੂੰ ਨਮਸਕਾਰ ਕੀਤੀ। ਕੀ ਦੇਖਿਆ ਸ਼੍ਰੀ ਦਰਬਾਰ ਸਾਹਿਬ ਸਾਹਮਣੇ ਜਿਹੜੇ ਫੌਜੀ ਸਨ ਉਹ ਜੋੜੇ ਲੈ ਕੇ
अंदर प्रवेश कर रहे ने अपने उस वक्त अपनी बेल्ट दे विचों अपने पटे दे विचों पांच गोलियां उन्होंने कढ़िया जो लाश सन इस तो बगैर गोली है ही नहीं सी वो पांच गोलियां पाइया अपनी रिवालवर दे अंदर रफल दे अंदर पा के पांच गोलियां दाग दित्तियां ते पंजे जिहड़े फौजी सन खत्म कर दिते एकदम जिहड़ी फौज लगा कोल नज़दीक आ रही सी संतां दे उन्होंने चारे पासे तो गोलियां दी वर्षा कर दिती एकदम गोलियां लगियां ते संतां दा जिहड़ा सीना सी उस वक्त छलनी छलनी हो गया। इस तरीके दे नाल संतां दी शहादत हुई। उस तो बाद मैं थोड़ा जिहा वेरवा जरूर दियांगा। जदों आखर 7 जून का दिन आया 1984 का उस वक्त मठियाई वंडी गई अमृतसर साहब की धरती उत्ते उन्हां संगतां नूं जिहड़ियां संगतां अजे बचियां सन शहीद नहीं सन होईयां उन्हां नूं मठियाई आण के दित्ती गई ते मठियाई दे के वो लोग ये जतन कर रहे सन भी जदों मठियाई दित्ती जाण लगी संगत नूं इस गल दा पता लगा भी ये मठियाई क्यों दित्ती जा रही है पता लगा भी आखिर संत जी शहीद हो चुके ने। इस खुशी दे अंदर ये फौजी लोग जिहड़े ने उस खुशी नूं मनाउंदिया होईयां ये जिहड़े ने ये मठियाई वंड रहे ने सिखां ने उस वक्त ये मठियाई लैण तों इनकार कर दिता। 8 जून का दिन आया ज्ञानी साहब सिंह ने उस वक्त सेवा संभाली श्री दरबार साहब अमृतसर दी हुक्मनामा गुरु चरणा विच अरदास करके लिया गया ते गुरु पातशाह ने सोलठ राग विखे गुरु पंचम पातशाह महाराज जी ने उस वक्त बोल के ये गल कही सी किस हो जाची किस अराधी जा सब को कीता हो सी जो जो दिसै वड्डा वडेरा सो सो खाकू रलसी। गुरु पातशाह ने बोल के क्या सी जिहड़े वड्डे वडेरे ये लोग दिसदे ने इन्हां ने आखिर खाक दे अंदर मिल जाना है। तकरीबन 153 दिन ही गुजरे सन जिन्हां ने भी श्री दरबार साहब दे उत्ते हमला किया उन्हां नूं 154वां दिन देखना नसीब नहीं सी ते उस वक्त आया 31 अक्तूबर का दिन आखिर उस वक्त यही जिसने हमला कराया सी इसे बीबी प्रधानमंत्री का आखिर भाई बेअंत सिंह ने गोलियां दे नाल विन के इस नूं खत्म कर दिता। उस तो बाद 1 नवंबर तो जिहड़ा शुरू होए दिन 1984 1 नवंबर 1984 तो वह सिखां दे कतले आम शुरू होए। इस बीबी दे प्रधानमंत्री दे लड़के ने यह गल कही सी जब जब कोई बड़ा पेड़ धरती पर गिरता है तो आस पास धरती तो कांपती है। उस तो बाद सिखां दे उत्ते ये तशद्दद किए गए किसी नूं टायर फूक के किसी नूं पेट्रोल पा के इस तरीके नाल साड़िया गया हर एक जी तरीका 10 साल 10-11 साल तक क्योंकि 1994 तक ये हालात पंजाब ते पंजाब तो बाहर रहे ने केवल ते केवल एक दक्षणी भारत नूं छड्ड के बाकी पूरे ही सिख इस लपेट के अंदर आए सन ते तकरीबन 10-11 साल तक पंजाब की धरती उत्ते कोई 15 साल तो लैके 35 साल तक का कोई नौजवान नज़र नहीं सी आउंदा। सब नूं पुलिस झूठे पुलिस मुकाबलों के अंदर खत्म कर दिता गया। 10-11 साल तक पंजाब की धरती आनंद कारज नूं विआह आदि नूं तरस चुकी सी। ये सब कुछ वापरिया उस तो बाद भी कतले आम लगातार जारी रहे पर अज तक सानू साडा हक नहीं मिलिया। असी बार बार ये जतन करते रहे मेरा किसी नूं भटकाउण दा कोई मकसद नहीं भी मैं ये जिहड़ा इतिहास दस के किसी नूं भटका रहा हूँ पर जो साडे नाल वापरिया जो कुछ साडे नाल होया जो साडे हक बनते सन वो अज तक सानू प्राप्त नहीं होए। मैं बहुता कुछ ना कहां इत्थे ही ये गल की मैं समाप्ति करन लगा वा। सो ये सन जी एक छोटा जिहा उपराला साढ़े तो परदेसी टीवी वालों भी जो 1947 तो बाद 1984 तक जो किताबों में इतिहास लिखा गया वो थोड़े सामने सारा रख दिता किवें लग्या प्रोग्राम तुसी जरूर एक 647-284-1313 से फोन करके दसना जी। जे तुसी वैबसाइट बारे वैबसाइट जी जाना चाहते हो ਤਾਂ ਮੈਸੇਜ ਆਇਆ ਸੀਗਾ ਜੀ ਵੈਬਸਾਈਟ ਹੈ www.pardesi.ca ਤੇ ਜਾ ਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ। ਅੱਜ ਦਾ ਪ੍ਰੋਗਰਾਮ ਸਾਨੂੰ ਇੱਥੇ ਹੀ ਸਮਾਪਤ ਕਰਨ ਦੀ ਅੱਗੇ ਦਾ ਰਸ਼ਪਾਲ ਸਿੰਘ ਜੀ ਲਈ ਆ ਗਿਆ ਜੀ ਕੋਈ ਗਲਤੀ ਹੋ ਗਈ ਤੇ ਹੱਥ ਜੋੜ ਕੇ ਮਾਫੀ ਚਾਹੁੰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।